ਰੈਡੀ ਟੂ ਗੋ ਤੇ ਆਪਾਂ ਸਟਾਰਟ ਕਰਨ ਲੱਗੇ ਸਾਡਾ ਸੈਸ਼ਨ ਅੱਜ ਦਾ ਤੇ ਹੇ ਵੀ ਗੋ ਹੈਲੋ ਪਹਿਲਾ ਸਵਾਲ ਇੱਧਰ ਹੈ ਜੀ ਬਾਈ ਜੀ ਸੁੱਚਾ ਸੂਰਮਾ ਫਿਲਮ ਸਾਰੇ ਕਿਰਦਾਰ ਤੋਂ ਤਾਂ ਵਾਕਫ ਨੇ ਪਰ ਇਸ ਫਿਲਮ ਨੂੰ ਬਣਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਲਗਭਗ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਰਿਲੀਜ਼ਿੰਗ ਡੇਟ ਜਾਂ ਇਹ ਸਾਲ ਪਹਿਲਾਂ ਹੀ ਸੋਚਿਆ ਹੋਇਆ ਸੀ ਇੰਨਾ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜ੍ਹਾ ਦੇਖੋ ਬੱਚੇ ਨੂੰ ਵੀ ਜਵਾਨ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ ਇੱਥੇ ਫਿਲਮ ਦਾ ਕੋਈ ਜ਼ਰੂਰੀ ਨਹੀਂ ਇਹਦਾ ਟਾਈਮ ਨਹੀਂ ਹੁੰਦਾ ਕੋਈ ਨਿਰਧਾਰਿਤ ਕਈ ਵਾਰੀ ਕੋਈ ਚੀਜ਼ਾਂ ਹੁੰਦੀਆਂ ਟੈਕਨੀਕਲੀ ਫਸ ਜਾਂਦੀਆਂ ਕਈ ਵਾਰੀ ਕੋਈ ਵਿਚਾਰਕ ਤੌਰ 'ਤੇ ਆਪਾਂ ਰੁਕ ਜਾਂਦੇ ਸੋ ਆਪਾਂ ਅੱਜ ਦੀ ਇਹ ਗੱਲ ਕਰੀਏ ਕਿ ਫਿਲਮ ਰਿਲੀਜ਼ ਹੋ ਰਹੀ ਹੈ ਆਪਾਂ ਅਤੀਤ ਦੀ ਗੱਲ ਨਾ ਕਰੀਏ ਤਾਂ ਇੱਕ ਅਗਲਾ ਸਵਾਲ ਨਾਲ ਲੱਗਵਾਂ ਇਹ ਵੀ ਹੈ ਕਿ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ ਤੁਹਾਡੇ ਲਈ ਖੁਦ ਨਿੱਜੀ ਤੌਰ 'ਤੇ ਚੈਲੰਜ ਸੀ ਕਿ ਐਡੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ ਕਰ ਪਾਊਂਗਾ ਸਵਾਦ ਲੈ ਰਿਹਾ ਪੂਰਾ ਸੱਚੀ ਗੱਲ ਦੱਸਾਂ ਸੱਚੀ ਦੱਸ ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲਹਿੰਦੇ ਪੰਜਾਬ ਦੀ ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤੋ ਚੜ੍ਹਦਾ ਲਹਿੰਦਾ ਨਹੀਂ ਸੀ ਹੁੰਦਾ ਦੂਜੀ ਗੱਲ ਇਹ ਹੈ ਬਈ ਫਿਲਮ 'ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ ਇਹ ਸਾਰੀ ਟੀਮ ਮੈਂ ਕਹਿ ਕੇ ਬੁਲਾਈ ਹੈ ਕਿਉਂਕਿ ਆਮ ਤੌਰ 'ਤੇ ਜਦੋਂ ਕਾਨਫਰੰਸ ਹੁੰਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਕਿ ਜਿਵੇਂ ਸਾਰੀ ਫਿਲਮ ਉਹਨੇ ਮੋਢਿਆਂ 'ਤੇ ਚੱਕੇ ਇੱਦਾਂ ਦਾ ਨਹੀਂ ਹੁੰਦਾ ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ 'ਚ ਤਿੰਨ ਪੱਖ ਹੁੰਦੇ ਆ ਪਹਿਲਾ ਪੱਖ ਹੁੰਦਾ ਕਹਾਣੀ ਡਾਇਰੈਕਟਰ ਉਹਨਾਂ ਦਾ ਡਿਪਾਰਟਮੈਂਟ ਦੂਜਾ ਪੱਖ ਹੁੰਦਾ ਸੰਗੀਤ ਅਤੇ ਉਹਦੇ 'ਚ ਜਿਹੜੇ ਗੀਤ ਹੈ ਜਾਂ ਜਿਹੜੇ ਉਹਨਾਂ ਦੇ ਅਲਫਾਜ਼ ਹੈ ਤੀਜਾ ਪ੍ਰੋਡਕਸ਼ਨ ਹਾਊਸ ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਹੀਰੋ ਫਰੰਟ ਫੇਸ ਹੁੰਦਾ ਜੇ ਹੀਰੋ ਨਾਲੇ ਫਿਲਮਾਂ ਹਿੱਟ ਹੁੰਦੀਆਂ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ ਕਹਾਣੀ ਹੀਰੋ ਹੁੰਦੀ ਹੈ ਇਸੇ ਕਰਕੇ ਸਾਰੇ ਪਾਤਰਾਂ 'ਚ ਬਣਾਇਆ ਇਹ ਸਾਰੇ ਵੱਡੇ ਪਾਤਰ ਹੈ ਇੱਕ ਜ਼ੋਰਦਾਰ ਤਾੜੀ ਇਹਨਾਂ ਦੀ ਪਾ ਦਿਓ ਥੈਂਕ ਯੂ ਸਰ ਕੁਸ਼ਚਨ ਇੱਦਾਂ ਹੈ ਸਤਿ ਸ਼੍ਰੀ ਅਕਾਲ ਸਰ ਜੀ ਪਹਿਲਾਂ ਤਾਂ ਬਹੁਤ ਬਹੁਤ ਮੇਰੀ ਕੁਸ਼ਚਨ ਸਾਰੀ ਟੀਮ ਨੂੰ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਜਿਹਦਾ ਥੀਮ ਸੌਂਗ ਪੰਜਾਬੀ ਫਿਲਮ ਹੈ ਜਿਹਦਾ 4 ਦਿਨ ਲਗਾਤਾਰ ਟ੍ਰੈਂਡਿੰਗ 'ਤੇ ਚੱਲੇ ਇਸ ਦੇ ਬਾਰੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ ਪਲੀਜ਼ ਸਾਨੂੰ ਜ਼ਰੂਰ ਸਾਂਝੇ ਕਰਿਓ ਦੇਖੋ ਇਹਦਾ ਸਿਹਰਾ ਇਸ ਪ੍ਰੋਡਕਸ਼ਨ ਹਾਊਸ ਨੂੰ ਜਾਂਦਾ ਇਹਨਾਂ ਨੇ ਜਿਹੜੀ ਚੋਣ ਕਰੀ ਆ ਬਹੁਤ ਅੱਛੀ ਕਰੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਜਿਹੜੀਆਂ ਫਿਲਮਾਂ ਇਹਨਾਂ ਦਾ ਬੈਕਗਰਾਊਂਡ ਮਿਊਜ਼ਿਕ ਜ਼ਿਆਦਾ ਬੰਬੇ ਬੇਸਡ ਲੋਕ ਕਰਦੇ ਸੀ ਪਹਿਲਾਂ ਸਾਡੇ ਨੌਜਵਾਨ ਟੈਕਨੀਸ਼ੀਅਨ ਘੱਟ ਸੀ ਪਰ ਹੁਣ ਨੌਜਵਾਨ ਸਾਡੇ ਟੈਕਨੀਸ਼ੀਅਨ ਅੱਛੇ ਹੋਣ ਲੱਗ ਗਏ ਔਰ ਇਹ ਇਸ ਫਿਲਮ 'ਚ ਉਦਾਹਰਣ ਹੈ ਸੋ ਬਹੁਤ ਅੱਛਾ ਹੈ ਕਿ ਸਾਡੇ ਮੁੰਡੇ ਨੇ ਬੜਾ ਅੱਛਾ ਕੰਮ ਕਰਿਆ ਉਹਨੂੰ ਅਸੀਂ ਵਧਾਈ ਦਿੰਦੇ ਹਾਂ ਮਾਈਕ ਦੇ ਦੇ ਯਾਰ ਕਿਹੜੀ ਕਿੱਧਰ ਹੈ ਮਾਈਕ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸਾਹਿਲ ਜੀ ਨਿਊਜ਼ 18 ਤੋਂ ਮਾਨ ਸਾਹਿਬ ਪਹਿਲੀ ਤਾਂ ਬੜੀ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ ਕਿ ਤੁਸੀਂ ਅੱਜ ਇੱਥੇ ਆਏ ਹੋ ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚਲੋ ਹੈ ਨਾ ਫਿਲਮ ਆ ਰਹੀ ਹੈ ਤੁਹਾਡੀ ਸਾਡੇ ਵਾਸਤੇ ਵੀ ਚੰਗੀ ਗੱਲ ਹੈਗੀ ਬਿਕੋਜ਼ ਲੋਕ ਤੁਹਾਨੂੰ ਦੇਖਣਾ ਤਾਂ ਪਸੰਦ ਕਰਦੇ ਹੈ ਸਾਹਮਣੇ ਵੀ ਅਤੇ ਫਿਲਮਾਂ 'ਚ ਵੀ ਅਤੇ ਸਵਾਲ ਮੇਰਾ ਇਹ ਹੈ ਕਿ ਮਾਨ ਸਾਹਿਬ ਜਿਹੜੇ ਤੁਹਾਡੇ ਚਾਹੁਣ ਵਾਲੇ ਆ ਜਾਂ ਹੈ ਨਾ ਜਿੰਨਾ ਵੀ ਲੋਕ ਤੁਹਾਨੂੰ ਸੁਣਦੇ ਆ ਪੰਜਾਬ ਇੱਧਰ ਲਗਾ ਲਓ ਜਾਂ ਬਾਹਰ ਲਗਾ ਲਓ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਹਾਡੀ ਫਿਲਮਾਂ ਕਰੀਬ ਤੋਂ ਕਰੀਬ ਹੈ ਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਈਆਂ ਨੇ ਗਾਣੇ ਵੀ ਤੁਹਾਡੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਏ ਨੇ ਪਰ ਤੁਹਾਡੇ ਚਾਹੁਣ ਵਾਲੇ ਹਮੇਸ਼ਾ ਸਦਾ ਬਹਾਰ ਅੱਜ ਵੀ ਤੁਹਾਡਾ ਗੀਤ ਆਵੇ ਨਾ ਆਵੇ ਫਿਲਮ ਕੋਈ ਆਵੇ ਨਾ ਆਵੇ ਪਰ ਫਿਰ ਵੀ ਅਸੀਂ ਕਾਮੈਂਟਸ ਦੇਖਦੇ ਹਾਂ ਹਰ ਜਗ੍ਹਾ ਦੇਖਦੇ ਹਾਂ ਸਾਰੇ ਜਗ੍ਹਾ ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ ਸਾਰੇ ਕਹਿੰਦੇ ਆ ਬੱਬੂ ਮਾਨ ਜ਼ਿੰਦਾਬਾਦ ਇਹ ਜਿਹੜੇ ਤੁਹਾਡੇ ਫੈਨਸ ਨੇ ਇਹ ਜਿਹੜੇ ਤੁਹਾਡੇ ਚਾਹੁਣ ਵਾਲੇ ਨੇ
ਇਹਨਾਂ ਬਾਰੇ ਮੈਂ ਜ਼ਰੂਰ ਤੁਹਾਡੇ ਦਿਲ ਦੇ ਅਲਫਾਜ਼ ਕੋ ਜਾਣਨਾ ਚਾਹੂੰਗਾ। ਸਰ, ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਕਿੱਤਾ ਕਰਦੇ ਹਾਂ ਤਾਂ, ਜਾਂ ਕੋਈ ਪੇਸ਼ੇ 'ਚ ਜਾਂਦੇ ਹਾਂ ਜਾਂ ਵਪਾਰ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ। ਕਈ ਲੋਕ ਪੈਸਾ ਕਮਾ ਲੈਂਦੇ ਆ, ਕਈ ਲੋਕ ਸੱਜਣ ਕਮਾ ਲੈਂਦੇ। ਅਸੀਂ ਮਿੱਤਰ ਕਮਾਇਆ, ਸੱਜਣ ਕਮਾਇਆ, ਚਾਹੁਣ ਵਾਲੇ ਕਮਾਇਆ। ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ, ਐਂਡ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਕਿ ਤੁਸੀਂ ਇੱਦਾਂ ਦੀ ਫਿਲਮ ਲੈ ਕੇ ਆ ਰਹੀ ਆ ਜਿਹੜੇ ਸਾਡੇ ਇਤਿਹਾਸ ਦਾ ਇੱਕ ਬਹੁਤ ਸੋਹਣਾ ਹਿੱਸਾ ਸਾਹਮਣੇ ਰੱਖਦੇ ਆ। ਅਤੇ ਮੇਰਾ ਸਵਾਲ ਸਰ ਇਹ, ਅੱਗੇ ਆ ਜਾ ਕੇ ਦੇਖਦਾ ਨਹੀਂ ਤੂੰ ਯਾਰ, ਹਾਲ ਲਾਈਟ ਬਹੁਤ ਦਿੱਖੀ ਹੈ ਜੀ। ਮੈਂ ਇੱਧਰ ਸੈਕਟਰ ਹਾਂ ਸਰ। ਆ ਜਾ, ਤੂੰ ਤਾਂ ਅੱਛਾ, ਤੂੰ ਤਾਂ ਐਕਟਰ ਹੈ ਯਾਰ। ਹਾਂਜੀ ਸਰ। ਸਰ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਅਸੀਂ ਟ੍ਰੇਲਰ ਵੀ ਦੇਖਦੇ ਹਾਂ ਤਾਂ ਉਹ 'ਚ ਸਾਰੇ ਕਰੈਕਟਰ ਬੜੇ ਸਟਰੋਂਗ ਨਜ਼ਰ ਆਉਂਦੇ ਆ, ਚਾਹੇ ਕੁੱਕਰ ਦਾ ਕਰੈਕਟਰ ਅਸੀਂ ਗੱਲ ਕਰੀਏ ਤਾਂ ਉਹਨਾਂ ਜਿਹੜਾ ਕਰੈਕਟਰ ਉਹ ਕਿਤੇ ਨਾ ਕਿਤੇ ਭਾਰੀ ਪੈਂਦਾ ਨਜ਼ਰ ਆਉਂਦਾ ਸਾਨੂੰ ਹੀਰੋ ਦੇ ਉੱਪਰ ਵੀ ਟ੍ਰੇਲਰ ਦੇ ਵਿੱਚ, ਜ਼ਰੂਰੀ ਹੁੰਦਾ ਹੈ। ਅਤੇ ਉਹ ਕਿੱਦਾਂ, ਮਤਲਬ ਤੁਸੀਂ ਸਾਰੇ ਕਰੈਕਟਰ ਚੁਣੇ ਕਿੱਦਾਂ, ਤਾਂ ਮਤਲਬ ਉਹ ਜਿਹੜੀ ਟੀਮ ਕਿੱਦਾਂ ਬਣੀ ਹੋਈ? ਦੇਖੋ ਇਹ ਪਹਿਲਾਂ ਕਹਾਣੀ ਜਦੋਂ ਤਣਦੇ ਆ, ਅਸਲ 'ਚ ਫਿਲਮ ਦੀ ਦਾਸਤਾਨ ਬੜੀ ਲੰਬੀ ਹੈ। ਜਿੱਦਾਂ ਨੌਜਵਾਨ ਨੇ ਪੁੱਛਿਆ ਸੀ ਵੀ ਇੰਨਾ ਟਾਈਮ ਕਾਹਤੇ ਲਾ ਦਿੱਤਾ, ਪਹਿਲਾਂ ਸਾਰਾਗੜ੍ਹੀ ਕਹਾਣੀ, ਇਹ ਗੁਰਪ੍ਰੀਤ ਸਾਡਾ ਛੋਟਾ ਭਰਾ ਸਾਰਾਗੜ੍ਹੀ ਲਿਖੀ ਸੀ, ਪਰ ਉਹ ਬਣਦੇ ਬਣਦੇ ਪ੍ਰਪੋਜ਼ਲਾਂ ਜਦ ਨੂੰ ਫਿਰ ਬੰਬੇ ਬਣ ਗਈ ਸੀ, ਫਿਰ ਰੁਕ ਗਈ। ਉਦੋਂ ਅਸੀਂ ਉਸ ਫਿਲਮ ਲਈ ਸਾਰੇ ਜਿੰਨੇ ਵੀ ਸੀ ਕੈਰੈਕਟਰ ਸਾਰੇ ਨੇ ਵੱਡੀਆਂ ਦਾੜੀਆਂ ਵਧਾਈਆਂ ਸੀ ਪ੍ਰੋਪਰ ਉਸ ਤਰ੍ਹਾਂ ਦਾ ਕਿਰਦਾਰ ਕਰਨ ਲਈ। ਫਿਰ ਰੁਕਦੇ ਰੁਕਦੇ ਇੱਕ ਦੋ ਚੀਜ਼ਾਂ ਹੋਰ ਜ਼ਹਿਨ 'ਚ ਆਈਆਂ, ਫਿਰ ਇਹਦੇ 'ਤੇ ਆ ਕੇ ਖੜ੍ਹੇ। ਕੈਰੈਕਟਰ ਦਾ ਇਹ ਆ ਵੀ ਦੇਖੋ, ਆਮ ਤੌਰ 'ਤੇ ਕੀ ਹੁੰਦਾ ਨਾ, ਜਦੋਂ ਫਿਲਮ ਦੀ ਸਕ੍ਰਿਪਟ ਲਿਖਦੇ ਹਾਂ, ਜਦੋਂ ਸੈੱਟ 'ਤੇ ਜਾਂਦੇ ਹਾਂ ਜਾਂ ਪਹਿਲਾਂ ਕਹਾਣੀ ਸੁਣਦੇ ਹਾਂ, ਜਿਹੜਾ ਮੁੱਖ ਕਿਰਦਾਰ ਹੁੰਦਾ ਉਹ ਇੰਟਰਫੇਰੈਂਸ ਕਰਦਾ, ਇੱਥੇ ਆਹ ਕਰ ਦਿਉ, ਇੱਥੇ ਆਹ ਕਰ ਦਿਉ। ਮੈਂ ਜਦੋਂ ਪਹਿਲੇ ਦਿਨ ਸੈੱਟ 'ਤੇ ਗਿਆ, ਉਹ ਜਿਹੜਾ ਨੌਜਵਾਨ ਸੀ ਸਾਡਾ ਜਿਹਨੇ ਕੁੱਕਰ ਦਾ ਰੋਲ ਕਰਿਆ, ਉਹ ਦੂਰੋਂ ਨੇੜਿਓਂ ਮੇਰੇ ਵਾਕਫ ਸੀ, ਜਿਹੜੇ ਉਹਨਾਂ ਦਾ ਰਿਸ਼ਤੇਦਾਰ ਸੀ। ਹੀ ਵਾਜ਼ ਬਿਟ ਨਰਵਸ, ਉਹ ਇਸ ਕੰਪਲੈਕਸ ਸੀ ਅਤੇ ਗੁਰਪ੍ਰੀਤ ਨਾਲ ਸੀ ਮੇਰੇ, ਬਈ ਮੈਂ ਕਿੱਦਾਂ ਕਰੂੰਗਾ, ਮੈਂ ਵੈਸੇ ਹੀ ਤੁਹਾਨੂੰ ਪਿਆਰ ਕਰਦਾ, ਫੈਨ ਹੈ। ਫਿਰ ਅਸੀਂ ਉਹਨੂੰ 10 ਮਿੰਟ ਮੈਂ ਗੁਰਪ੍ਰੀਤ ਨੂੰ ਬੁਲਾਇਆ, ਚਾਹ ਚੂ ਬੁਲਾਈ, ਉਹਨੂੰ ਰਿਲੈਕਸ ਕਰਿਆ। ਫਿਰ ਮੈਂ ਗੁਰਪ੍ਰੀਤ ਨੂੰ ਜਦੋਂ ਇਹ ਡਾਇਲਾਗ ਲੈ ਕੇ ਸਵੇਰੇ ਆਉਂਦੇ ਸੀ, ਮੈਨੂੰ ਕਹਿੰਦਾ ਸੀ ਮੇਰੇ ਆਹ 4 ਲਾਈਨਾਂ ਕੱਢ ਦੇ, ਇੱਕ ਨਾਲ ਹੀ ਸਰ ਜਾਣਾ, ਇਹਦੀ ਵਧਾ ਦੇ, ਇਹ ਤਕੜਾ ਕਰੈਕਟਰ ਹੋਊਗਾ, ਲੜਨ ਦਾ ਸਵਾਦ ਆਊਗਾ। ਸੋ ਇਹ ਇੱਕ ਜ਼ਰੂਰੀ ਸੀ। ਇੱਥੇ ਜੀ ਬਿਲਕੁਲ ਤੁਹਾਡੇ ਸਾਹਮਣੇ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਸਾਹਮਣੇ ਤੁਹਾਡੇ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਹੇਲ ਖਾਨ ਆ, ਫੇਮਸ ਪੰਜਾਬ ਟੀਵੀ ਤੋਂ ਜੀ। ਜੀ ਮਾਨ ਸਾਹਿਬ, ਆਪਾਂ ਵੇਖਦੇ ਹਾਂ ਕਿ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਫਿਲਮਾਂ ਬਣਦੀਆਂ ਨੇ ਅੱਜ ਕੱਲ੍ਹ, ਇੰਡੀਆ ਦਾ ਸਿਨੇਮਾ ਬਹੁਤ ਵਾਈਡ ਹੋ ਗਿਆ ਹੈ ਨਾ, ਫਿਲਮਾਂ ਦੀ ਪ੍ਰਮੋਸ਼ਨ 'ਤੇ ਬਹੁਤ ਪੈਸੇ ਖਰਚੇ ਜਾਂਦੇ ਆ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਸਾਰੇ ਭਾਰਤ ਦੀਆਂ ਫਿਲਮਾਂ ਵਿੱਚ। ਤੁਹਾਡੀ ਫਿਲਮ ਟ੍ਰੇਲਰ ਆਉਣ ਤੋਂ ਪਹਿਲਾਂ ਹੀ ਪਿੰਡ ਪਿੰਡ ਪਹੁੰਚ ਗਈ ਸੀਗੀ ਜੀ, ਮੈਨੂੰ ਲੱਗਦਾ ਕਿ ਇਹ ਜਿਹੜੀ ਕਮਾਈ ਹੈ 25-30 ਸਾਲ ਪੁਰਾਣੀ ਹੈ ਨਾ, ਇਹ ਤੋਂ ਤੁਹਾਨੂੰ ਮਾਣ ਮਹਿਸੂਸ ਹੁੰਦਾ ਵੀ ਪਿੰਡ ਵਿੱਚ ਗੱਲਾਂ ਹੋ ਰਹੀ ਸੀ ਵੀ ਯਾਰ ਇੱਕ ਫਿਲਮ ਆ ਰਹੀ ਹੈ ਸੁੱਚਾ ਸੁਰਮਾ ਬੱਬੂ ਮਾਨ ਦੀ। ਖੱਟੜ ਫੈਨ ਚੈਨਲ ਵਰਗੇ ਸਾਡੇ ਲੈ ਜਾਂਦੇ ਆ ਪਿੰਡ ਪਿੰਡ ਗੱਲ। ਸਾਡੇ ਜਿੱਦਾਂ ਪੁਰਾਤਨ ਜ਼ਮਾਨੇ 'ਚ ਹਰ ਕਾਰੇ ਹੁੰਦੇ ਸੀ ਨਾ, ਚਿੱਠੀ ਅੱਗੇ ਤੋਂ ਅੱਗੇ ਪਹੁੰਚਾ ਦਿੰਦੇ ਸੀ। ਸੋ ਚੰਗੀ ਗੱਲ ਇਹ ਹੈ ਵੀ ਸਾਡੇ ਵਾਲਿਆਂ ਨੇ ਆਪਣਾ ਕੰਮ ਪਹਿਲਾਂ ਹੀ ਸ਼ੁਰੂ ਕਰਤਾ ਸੀ। ਸੋ ਦੂਜੀ ਗੱਲ ਇਹ ਵੀ ਪ੍ਰੋਡਕਸ਼ਨ ਹਾਊਸ ਸੁਹਿਰਦ ਹੈ, ਇਹਨਾਂ ਨੇ ਵੀ ਆਪਣੇ ਨਾਲ ਬਹੁਤ ਲੋਕ ਜੁੜੇ ਹੋਏ ਆ। ਅੱਜ ਜਿਹੜੀ ਤੁਹਾਡੀ ਇਕੱਤਰਤਾ ਹੈ, ਸ਼ਾਇਦ ਇਹ ਇਸੇ ਕਰਕੇ ਹੈ ਕਿ ਇਸ ਪ੍ਰੋਡਕਸ਼ਨ ਹਾਊਸ ਨੇ ਤੁਹਾਡੇ ਨਾਲ ਚੰਗੇ ਰਿਸ਼ਤੇ ਲਵਾਏ। ਹਾਂ ਮਾਨ ਸਾਹਿਬ, ਦੂਜੀ ਗੱਲ ਇਹ ਵੀ ਜਿਹੜੀ ਤੁਸੀਂ ਹੁਣ ਕਰਕੇ ਅੱਡੇ ਹੋ, ਮੈਂ ਗੁਰਪ੍ਰੀਤ ਭਾਅ ਜੀ ਨੂੰ ਪੁੱਛੀ ਸੀ ਵੀ ਯਾਰ ਮਾਨ ਸਾਹਿਬ ਲਈ ਨੈਗੇਟਿਵ ਰੋਲ ਖੜਾ ਕਰਨਾ, ਇਹ ਵੀ ਵੱਡੀ ਚੁਣੌਤੀ ਹੁੰਦੀ ਹੈ, ਤੁਹਾਨੂੰ ਅੱਗੇ ਵੀ ਫਿਲਮਾਂ 'ਚ ਚੁਣੌਤੀ ਦੇਖਣੀ ਪਈ ਹੈ ਯਾਰ ਵੀ ਕਿਵੇਂ ਲੱਭੀਏ, ਕਿਉਂਕਿ ਮਾਸ਼ਾਅੱਲਾ ਤੁਸੀਂ 6-7 ਫੁੱਟ ਦੇ ਹੋ ਨਾ ਜੀ,
ਨਹੀਂ ਜੈਕ ਸਿੰਘ ਦੀ ਗੱਲ ਸੁਣੋ ਜੀ, ਇਹ ਜਿਹੜਾ ਸਾਡਾ ਮੁੰਡਾ ਨਾ, ਇਹ ਸਾਡੇ ਤੋਂ ਥੋੜਾ ਜਿਹਾ ਮੇਰੇ ਤੋਂ ਲੰਬਾ, 2-3 ਇੰਚ ਲੰਬਾ, ਤੇ ਮੈਂ ਉਹਨੂੰ ਪੁੱਛਦਾ ਸੀ, ਮੈਂ ਕਿਹਾ ਤੂੰ ਐਕਟਰ ਚੰਗਾ ਯਾਰ, ਤੈਨੂੰ ਤੂੰ ਕਿੱਥੇ ਸੀ, ਮਤਲਬ ਤੈਨੂੰ ਥੀਏਟਰ ਵੀ ਕਰਦਾ ਰਿਹਾ? ਮੈਨੂੰ, ਮੈਂ ਵੈਸੇ ਥੀਏਟਰ ਵਾਲਿਆਂ ਨੂੰ ਪਸੰਦ ਕਰਿਆ, ਜਦੋਂ ਕੋਈ ਕਹਿੰਦਾ ਨਾ ਮੈਂ ਥੀਏਟਰ ਕਰਦਾ, ਮੈਂ ਤਕਰੀਬਨ, ਦੇਖੋ ਮੇਰਾ ਤਾਂ ਕੰਮ ਗਾਉਣਾ ਸੀ। ਮੈਂ ਜਦੋਂ ਪਹਿਲੀ ਫਿਲਮ ਬਣਾਈ ਸੀ, ਜਦੋਂ ਅਸੀਂ ਹਵਾਏ ਵੀ ਬਣਾਈ ਸੀ, ਉਦੋਂ ਵੀ ਇਸ ਥੋਟ ਨਾਲ ਬਣਾਈ ਸੀ ਕਿ ਬਹੁਤ ਨਵੇਂ ਲੋਕਾਂ ਨੂੰ ਕੰਮ ਮਿਲੇ, ਇੰਡਸਟਰੀ ਗਰੋ ਕਰੇ, ਕਿ ਜਿਸ ਬਾਲੀਵੁੱਡ ਦੇ ਲਈ ਭੱਜਦੇ ਆ ਲੋਕ, ਉੱਥੇ ਪੰਜਾਬੀ ਸੀ ਸਾਰੇ, ਹੌਲੀ ਹੌਲੀ ਪੰਜਾਬੀ ਆਊਟ ਹੋਣ ਲੱਗ ਗਏ ਉੱਥੋਂ। ਜੋ ਧਰਮ ਜੀ ਉਹਨਾਂ ਦਾ ਜਾਂ ਸੁਨੀਲ ਦੱਤ ਸਾਹਿਬ ਹੋਰੀ ਜਾਂ ਜੋ ਉਹਨਾਂ ਦਾ ਗ੍ਰੇਟ ਸੀ, ਉਹ ਨਹੀਂ ਉੱਥੇ ਮਿਲਿਆ ਉਹ ਤੋਂ ਬਾਅਦ। ਸੋ ਸਾਡੀ ਇਸੇ ਤਰ੍ਹਾਂ ਹਸ਼ਰ 'ਚ ਵੀ ਇਹੀ ਤਮੰਨਾ ਸੀ ਕਿ ਬਹੁਤ ਨੌਜਵਾਨਾਂ ਨੂੰ ਕੰਮ ਮਿਲੇ ਤਾਂ ਕਿ ਹੋਰ ਪੈਦਾ ਹੋਣ ਕਰੈਕਟਰ। ਸੋ ਇਸੇ ਸੋਚ ਨਾਲ ਅਸੀਂ ਫਿਲਮਾਂ ਕਰਦੇ ਹਾਂ। ਬਾਕੀ ਇਹ ਹੈ ਵੀ ਜ਼ਿੰਦਗੀ ਦਾ ਸਫ਼ਰ ਹੈ, ਕਈ ਵਾਰੀ ਅਸੀਂ ਗਲਤੀਆਂ ਕਰ ਜਾਂਦੇ ਹਾਂ, ਸਾਤੋਂ ਵੀ ਹੋਈਆਂ, ਪਰ ਆਮ ਤੌਰ 'ਤੇ ਫਿਲਮਾਂ ਦਾ ਰੇਟ ਜਿਹੜਾ ਸਕਸੈਸ ਰੇਟ ਆ ਉਹ 10-15% ਹੀ ਹੁੰਦਾ। ਪਰ ਅਸੀਂ ਲੱਕੀ ਹਾਂ ਕਿ ਅਸੀਂ 50% ਆਪਣੀ ਜ਼ਿੰਦਗੀ ਦਾ ਜਿਹੜਾ ਕੰਮ ਆ ਉਹ ਸੁਪਰ ਹਿੱਟ ਕਰਿਆ, 1-2 ਫਲੋਪ ਵੀ ਕਰੀਆਂ, ਉਹ ਸਾਡੀ ਗਲਤੀ ਸੀ ਜਾਂ ਸਾਡੇ ਦੋਸਤਾਂ ਦੀ, ਜਾਂ ਅਸੀਂ ਥੋੜ੍ਹੇ ਜਿਹੇ ਜ਼ਿਆਦਾ ਮਲਾ ਪੜਿਆ, ਸਭ ਨੂੰ ਗੱਲ ਨਾਲ ਲਾ ਲੈਂਦੇ ਹਾਂ। 100% ਜਿਹੜੀ ਗਲਤ ਹੈ। ਨਹੀਂ ਸਰ, ਮੈਂ ਅੱਜ ਵੀ ਤੁਹਾਨੂੰ ਦੱਸ ਰਿਹਾ ਵੀ ਹੀਰੋ ਸਿਰਫ ਗੱਪਾਂ ਮਾਰ ਲਈ ਹੁੰਦਾ ਪ੍ਰੈਸ ਕਾਨਫਰੰਸ 'ਚ, ਵੀ ਮੈਂ ਬੜਾ ਔਖਾ ਨਿਭਾਇਆ, ਫਿਰ ਮੈਂ ਕੁਛ ਨਹੀਂ ਕੀਤਾ। ਸਰ ਮੈਂ ਮੇਰੀ ਇਮਤੋਜ ਨਾਲ, ਮੈਂ ਇਸ ਇੰਡਸਟਰੀ ਸਾਰੇ ਨਵੇਂ ਬੱਚੇ ਅੱਛਾ ਕੰਮ ਕਰਦੇ, ਪਰ ਇਸ ਤਰ੍ਹਾਂ ਦੀ ਫਿਲਮ ਲਈ ਸਿਰਫ ਅਮਤੋਜ ਹੀ ਬੈਸਟ ਹੈ, ਇਹ ਗਰੰਟੀ ਹੈ। ਤੋ ਮੈਂ ਜਦੋਂ ਸੈੱਟ 'ਤੇ ਜਾਂਦਾ ਸੀ, ਇਹ ਗੁਰਪ੍ਰੀਤ ਡਾਇਲਾਗ ਲੈ ਕੇ ਆਉਂਦਾ ਸੀ, ਮੈਨੂੰ ਕਹਿੰਦਾ ਪੜ੍ਹ ਲੈ, ਮੈਂ ਕਹਿੰਦਾ ਪੜ੍ਹਨਾ ਨਹੀਂ, ਤੂੰ ਸੁਣਾ ਦੇ, ਇਹ ਸੁਣਾ ਕੇ ਚਲਾ ਜਾਂਦਾ ਸੀ। ਅੱਛਾ, ਹੁਣ ਜਿਹੜਾ ਡਾਇਰੈਕਟਰ ਐਕਟਰ ਹੁੰਦਾ, ਉਹਦੇ ਦਿਮਾਗ 'ਚ ਇੱਕ ਖਿਆਲ ਹੁੰਦਾ ਕਿ ਮੈਨੂੰ ਇੱਦਾਂ ਦੀ ਵਾਕ ਚਾਹੀਦੀ ਹੈ ਅਤੇ ਇੱਦਾਂ ਜਿਹੜਾ ਤੁਹਾਡਾ ਥਰੋ ਚਾਹੀਦਾ। ਤਾਂ ਉਹ ਜਦੋਂ ਅਮਿਤੋਜ ਬੈਠਦਾ ਸੀ, ਉਹਨੇ ਕਹਿਣਾ ਹਾਂ ਡਾਇਲਾਗ ਆ, ਤਾਂ ਮੈਂ ਕਿਹਾ ਤੂੰ ਇੱਧਰ ਆ ਜਾ, ਤੂੰ ਕਰਕੇ ਦਿਖਾ ਦੇ, ਮੈਂ ਉੱਥੇ ਖੜ੍ਹਦਾ। ਉਹ ਕਰਦਾ ਸੀ ਅਤੇ ਮੈਂ ਬਾਅਦ 'ਚ ਕਰਿਆ ਹੁੰਦਾ ਸੀ, ਸੌਖਾ ਸੀ ਮੇਰੇ ਲਈ। ਸੋ ਇੱਕ ਡਾਇਰੈਕਟਰ ਦਾ ਐਕਟਰ ਹੋਣਾ ਜ਼ਰੂਰੀ ਹੈ, ਉਹ ਅਸੀਂ ਅੱਛਾ ਕੰਮ ਕਰ ਲੈਂਦੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਗੁਰਪ੍ਰੀਤ ਬਾਈ ਤੁਹਾਨੂੰ ਡਾਇਲੋਗ ਸੁਣਾਉਂਦੇ ਸੀਗੇ, ਮੈਂ ਬਾਈ ਉਹਨਾਂ ਨਾਲ ਗੱਲ ਕਰਦਾ ਸੀਗਾ, ਕਹਿੰਦੇ ਵੀ ਜਦੋਂ ਅਸੀਂ ਕੋਈ ਬਾਈ ਨੂੰ ਡਾਇਲੋਗ ਸੁਣਾਉਣਾ ਤਾਂ ਉਹ ਕਈ ਵਾਰੀ ਇੱਦਾਂ ਵੀ ਬੋਲ ਦਿੰਦੇ ਸੀ ਵੀ ਇਹ ਡਾਇਲੋਗ ਸ਼ਾਇਦ ਮੇਰੇ ਅੱਗੇ ਵਾਲੇ ਬੰਦੇ ਨੂੰ ਜ਼ਿਆਦਾ ਫੱਬੇ। ਮਤਲਬ ਇਹ ਇੱਕ ਐਕਟਰ ਲਈ ਬਹੁਤ ਔਖਾ ਹੁੰਦਾ ਨਹੀਂ? ਮੋਸਟਲੀ ਤਾਂ ਇੱਦਾਂ ਹੁੰਦਾ ਜਦ ਮੈਂ ਐਕਟਰ ਹਾਂ ਨਾ ਤਾਂ ਫੋਕਸ ਮੇਰੇ 'ਤੇ ਹੋਣਾ ਚਾਹੀਦਾ। ਨਹੀਂ ਸਰ, ਇੱਦਾਂ ਮੈਂ ਹੋਰ ਤਰ੍ਹਾਂ, ਮੈਨੂੰ ਲੱਗਦਾ ਫਿਲਮ ਸੱਚੀ ਹਰ ਕਰੈਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਦਾ ਨੌਜਵਾਨ ਦਾ ਕਰੈਕਟਰ ਹੁਣ ਤਾਂ ਪੂਰਾ ਯੈਂਕੀ ਸ਼ੈਂਕੀ ਬਣਿਆ ਬੈਠਾ, ਜਦ ਤੁਸੀਂ ਦੇਖੋਗੇ ਨਾ ਫਿਲਮ 'ਚ ਤੁਹਾਨੂੰ ਛਾਪ ਛੱਡ ਜੂਗਾ ਇਹ ਕਿਰਦਾਰ। ਕਿਸੇ ਦੇਖੋ, ਆਪਾਂ ਛੋਟੇ ਹੁੰਦਿਆਂ ਨੇ ਸ਼ੋਲੇ ਫਿਲਮ ਦੇਖੀ ਸੀ, ਅੱਜ ਵੀ ਤੁਹਾਨੂੰ ਇੱਕ ਇੱਕ ਕਿਰਦਾਰ ਕਾਲੀਆ ਸਾਂਭਾ ਸਭ ਯਾਦ ਰਹਿੰਦਾ ਨਾ। ਤਾਂ ਮੈਂ ਇਹ ਤਾਂ ਨਹੀਂ ਦਾਅਵਾ ਕਰਦਾ, ਕਿਉਂਕਿ ਸਾਡੀ ਅਜੇ ਜਿਹੜੀ ਪੰਜਾਬੀ ਟਰੈਟਰੀ ਆ ਉਹ ਹਿੰਦੀ ਵਾਲਿਆਂ ਦੀ ਸਭ ਤੋਂ ਥੋੜ੍ਹੀ ਜਿਹੀ ਵਾਸਟ ਹੈ, ਬਟ ਤੁਸੀਂ ਇਹ ਫਿਲਮ ਦੇ ਕਿਰਦਾਰ ਜਿੱਦਾਂ ਹਸ਼ਰ ਦੇ ਤੁਹਾਨੂੰ ਅਜੇ ਵੀ ਯਾਦ ਹੋਣੇ, ਕੁਛ ਕਿਰਦਾਰ ਹਨ ਇਸ ਫਿਲਮ ਦੇ ਤੁਹਾਨੂੰ ਯਾਦ ਰਹਿਣਗੇ, ਤੁਹਾਨੂੰ ਇਸ ਨੌਜਵਾਨ ਤੋਂ ਜਾਂ ਗੁਰਪ੍ਰੀਤ ਜੋ ਕਰੂਗਾ ਸਾਰੇ ਤੁਹਾਨੂੰ ਚੇਤੇ ਰਹਿਣਗੇ। ਮੋਸਟਲੀ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ, ਅੱਜ ਮੇਰੇ ਹੀ ਸਵਾਲ ਹੈ ਜੀ, ਇੰਨੇ ਇਕੱਠੇ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਹਾਡੀ ਜੋ ਤਵੱਜੋ ਹਮੇਸ਼ਾ ਗੀਤਾਂ ਨੂੰ ਰਹੀ ਹੈ, ਪੰਜਾਬੀ ਦਾ ਰੋਲ ਕਰਨਾ ਤਾਂ
ਜਾਂ ਉਸ ਤਰ੍ਹਾਂ ਜਾਂ ਸੱਚੇ ਸੁੱਚੇ ਸਿੱਖ ਦਾ ਰੋਲ ਕਰਨਾ, ਫਿਰ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਨਾਲ ਅਸੀਂ ਮਜ਼ਾਕ ਦਾ ਪਾਤਰ ਬਣੀਏ। ਇਸੇ ਕਰਕੇ ਅਸੀਂ ਬਾਲੀਵੁੱਡ ਗਏ ਸੀ, ਇਸੇ ਕਰਕੇ ਸਾਡੀ ਉੱਥੇ ਬਹੁਤ ਲੋਕਾਂ ਨਾਲ ਬਣੀ ਨਹੀਂ ਕਿ ਅਸੀਂ ਜਿਹੜਾ ਸਰਦਾਰ ਪੇਸ਼ ਕਰਿਆ ਸੀ ਉਹ ਸਿਸਟਮ ਦੇ ਮੂੰਹ 'ਤੇ ਚਟਾਕਾ ਸੀ, ਅਸੀਂ ਅਸਲੀ ਪਿਕਚਰ ਪੇਸ਼ ਕਰੀ ਸੰਘਰਸ਼ੀਆਂ ਦੀ। ਸੋ ਇਸ ਕਰਕੇ ਹਰ ਕਿਰਦਾਰ ਦਾ ਹੋਣਾ ਜ਼ਰੂਰੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜਿਹੜੀਆਂ ਫਿਲਮਾਂ ਫਲੋਪ ਹੋ ਜਾਂਦੀਆਂ ਉਹ ਸਾਡੀਆਂ ਕੁਛ ਗਲਤੀਆਂ ਕਰਕੇ ਹੋ ਜਾਂਦੀਆਂ। ਸਾਨੂੰ ਨਾ ਪਤਾ ਨਹੀਂ ਕੁਛ ਲੱਗਦਾ, ਹੱਥ ਵੀ ਨਹੀਂ ਦਿਖਦਾ। ਮਾਨ ਸਾਹਿਬ ਸਤਿ ਸ਼੍ਰੀ ਅਕਾਲ, ਮੇਰਾ ਨਾਮ ਪੱਤਰਕਾਰ ਮਨਪ੍ਰੀਤ ਸਿੰਘ ਹੈ ਜੀ। ਮਨਪ੍ਰੀਤ ਜੀ ਜੀ, ਕੁੱਕਰ ਮੱਲ ਤੇ ਸੁੱਚੇ ਦੀ ਜਿਵੇਂ ਯਾਰੀ ਵੀ ਸੀਗੀ, ਪਰ ਉਹਦੇ ਵਿੱਚ ਕੁੱਕਰ ਗਰਦਾਰੀ ਕਰਦਾ। ਜਿਵੇਂ ਆਪਾਂ ਸਾਰੇ ਰਿਸ਼ਤੇ ਤਾਂ ਜਿਵੇਂ ਆਪਾਂ ਨੂੰ ਰੱਬ ਵੱਲੋਂ ਮਿਲਦੇ, ਜਿਵੇਂ ਆਪਾਂ ਮਾਂ ਨਹੀਂ ਚੁਣ ਸਕਦੇ, ਪਿਓ ਨਹੀਂ, ਪਰ ਯਾਰੀ ਅਸੀਂ ਆਪ ਚੁਣਨੀ ਹੁੰਦੀ ਹੈ। ਯਾਰੀ 'ਚ ਗਰਦਾਰੀ ਦੀ ਇਹੀ ਸਜ਼ਾ ਹੋਣੀ ਚਾਹੀਦੀ ਹੈ? ਮਤਲਬ ਅੱਜ ਤਾਂ ਬਹੁਤ ਸਾਰੀਆਂ ਯਾਰੀਆਂ। ਤੁਸੀਂ ਅੱਜ ਦੀ ਗੱਲ ਕਰਦੇ ਹੋ, ਅਸੀਂ ਇਹ ਉਦੋਂ ਕੀ ਸੋਚਦੇ ਸੀ ਲੋਕ? ਤੁਸੀਂ 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 ਮੈਨੂੰ ਲੱਗਦੀ ਹੈ ਬਹੁਤ ਛੋਟੇ। ਮੈਨੂੰ ਚਿਹਰਾ ਤਾਂ ਦਿਖਾ, ਮੈਂ ਪਹਿਲਾਂ ਸਨ ਤਾਂ ਪੜਾ ਕਿਹੜਾ ਤੇਰਾ ਅਕਟ ਸੀ ਮਾੜਾ ਜਾ। ਤੁਸੀਂ ਇੱਧਰ ਜੇ ਨੂੰ ਆ ਜਾਓ ਨਾ ਮਾੜਾ ਜਿਹਾ, ਇੱਥੇ ਦਿਖਦਾ ਸਾਨੂੰ ਇੱਥੇ। ਹਾਂਜੀ, ਕੀ ਸ਼ੁਭ ਨਾਂ ਹੈ ਤੁਹਾਡਾ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ, ਤੁਸੀਂ ਛੋਟੇ ਹੋ, ਇਹ ਫਿਲਮ ਟਾਈਮ ਪੀਰੀਅਡ ਆ, ਆਪਾਂ ਅੱਜ ਦੇ ਨਜ਼ਰੀਏ ਨਾਲ ਨਹੀਂ ਸੋਚ ਸਕਦੇ। ਸਾਡੇ ਬਜ਼ੁਰਗ ਕੀ ਸੋਚਦੇ ਸੀ? ਦੇਖੋ ਉਦੋਂ ਫੈਸਲੇ ਕਈ ਵਾਰੀ ਪਰਾਂ 'ਚ ਵੀ ਹੁੰਦੇ ਸੀ, ਜਿੱਦਾਂ ਖਾਬ ਪੰਚਾਇਤਾਂ ਕਰਦੀਆਂ ਨਾ। ਅੱਜ ਯੁੱਗ ਬਦਲ ਗਿਆ, ਆਲਮੋਸਟ ਸਦੀ 'ਤੇ ਪਹੁੰਚ ਗਿਆ ਸੀ, ਹੈ ਨਾ। ਤੋ ਇਸ ਕਰਕੇ ਉਸ ਨਜ਼ਰੀਏ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਜੀ। ਮਾਨ ਸਾਹਿਬ ਇੱਧਰ ਜੀ, ਤੁਹਾਡੇ ਸਾਹਮਣੇ ਜੀ, ਤੁਹਾਡੇ ਬਿਲਕੁਲ ਸਾਹਮਣੇ, ਇੱਧਰ ਜੀ, ਨੀਚੇ ਸਰ, ਨੀਚੇ ਨੀਚੇ ਗਰਾਊਂਡ 'ਤੇ ਖੜੇ ਹਾਂ ਬਿਲਕੁਲ। ਓਕੇ ਸਰ, ਓਕੇ ਜੀ। ਕੁਲਵੰਤ ਸਿੰਘ ਲਿਸ਼ਕਾਰਾ ਜੀ, ਲਿਸ਼ਕਾਰਾ ਸਰ ਜੀ। ਇੱਕ ਨਾ ਤੁਹਾਡੇ ਜੋ ਤੁਸੀਂ ਪ੍ਰੋਮੋ ਪਾਇਆ ਹੈ ਨਾ ਫੇਸਬੁੱਕ 'ਤੇ, ਪੇਜ 'ਤੇ ਪਾਇਆ ਤੁਸੀਂ, ਤੁਹਾਡੇ ਵੱਲੋਂ ਸ਼ੇਅਰ ਕੀਤਾ ਗਿਆ, ਤਾਂ ਇੱਕ ਬੰਦੇ ਨੇ ਕਮੈਂਟ ਲਿਖਿਆ ਬੜਾ ਹਾਸੋ ਮਿਲਣਾ ਜਾ ਵੀ ਬੱਬੂ ਮਾਨ ਤਾਂ ਵੀ ਤੋਏ ਮਾਨ ਤੋਂ ਹੀ ਲੋਟ ਆਉਂਦਾ, ਹੋਰ ਕਿਸੇ ਤੋਂ ਲੋਟ ਨਹੀਂ ਆਉਂਦਾ। ਉਹ ਮੈਂ ਵੀ ਬੜਾ ਹੱਸਿਆ, ਇਹ 'ਚ ਕੀ ਸੱਚ ਹੈ? ਅਮਰਤੋਜ ਮੇਰਾ ਵੱਡਾ ਭਰਾ ਹੈ, ਅੱਜ ਵੀ ਦੇਖੋ ਅਸੀਂ ਸਾਡਾ ਇੱਕੋ ਕਬੀਲਾ ਇੱਕੋ ਕੁਣਬਾ, ਜਿਵੇਂ ਚਾਚੇ ਤਾਇਆ ਵਾਲਾ ਕਹਿ ਦਈਏ ਆਪਾਂ, ਅਸੀਂ ਕਈ ਸਾਲ ਬੋਲੇ ਵੀ ਨਹੀਂ। ਤੋ ਮੈਨੂੰ ਮੈਂ ਜਦੋਂ ਅਸੀਂ ਬਹੁਤ ਦੇਰ ਬਾਅਦ ਇਕੱਠੇ ਹੋਏ ਤਾਂ ਵੱਡੇ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਕੀ ਰੌਲਾ ਕੀ ਸੀ ਵੈਸੇ ਦੋਨਾਂ ਦਾ? ਮੈਂ ਕਿਹਾ ਜਿਹੜਾ ਤੁਹਾਡਾ ਦੇ ਸਦੀਕ ਸਾਹਿਬ ਦਾ ਸੀ। ਤੋ ਇਸ ਕਰਕੇ ਉਹਨਾਂ ਦੀ ਅੱਜ ਡਿਊਟੀ ਲੱਗੀ ਹੈ, ਕਾਨਫਰੰਸ ਹੋ ਰਹੀ ਹੈ ਜਲੰਧਰ ਪਾਣੀ ਦੇ ਮਸਲੇ 'ਤੇ, ਸਾਡੀ ਜ਼ਿੰਮੇਦਾਰੀ ਉਹਨੇ ਲੱਗੀ ਹੈ। ਉਹ ਵੱਡਾ ਭਰਾ ਹੈ, ਉਹ ਮੇਰੇ ਤੋਂ ਪਹਿਲਾਂ ਆਇਆ ਇਸ ਇੰਡਸਟਰੀ, ਉਹਦਾ ਤਜ਼ਰਬਾ ਮੇਰੇ ਤੋਂ ਅੱਛਾ, ਉਹ ਮੇਰੇ ਲਈ ਸੌਖਾ ਕੰਮ ਬਹੁਤ। ਆਮ ਤੌਰ 'ਤੇ ਪੰਜਾਬ, ਮੈਂ 2-3 ਫਿਲਮਾਂ ਬਾਹਰ ਕਰੀਆਂ ਹੈ ਨਾ ਆਪਣੇ ਪ੍ਰੋਡਕਸ਼ਨ ਹਾਊਸ ਤੋਂ, ਮੇਰਾ ਤਜ਼ਰਬਾ ਕੋਈ ਬਹੁਤਾ ਅੱਛਾ ਨਹੀਂ ਸੀ ਉਹਨਾਂ 'ਚ। 2-3 ਉਹਦੇ 'ਚ ਹਿੱਸੇਦਾਰ ਹੁੰਦੇ ਸੀ, ਉਹਨਾਂ ਦਾ ਤਕਰਾਰ, ਔਰ ਯਕੀਨ ਮੰਨਿਓ ਕਿ ਚਲੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ, ਪਰ ਕਈ ਵਾਰੀ ਡਾਇਲਾਗ ਹੀ ਨਹੀਂ ਸੀ ਹੁੰਦੇ ਸੈੱਟ 'ਤੇ। ਕਹਾਣੀ ਡਾਇਰੈਕਟਰ ਬੈਠ ਕੇ ਲਿਖਦਾ ਨਾ, ਜਦੋਂ ਉਹਨਾਂ ਦਾ ਇੱਕ ਖਿਆਲ ਹੁੰਦਾ ਕਿ ਇੱਦਾਂ ਦਾ ਕਿਰਦਾਰ ਚਾਹੀਦਾ, ਜਦੋਂ ਡਾਇਰੈਕਟਰ ਇਹ ਕਹਿਣ ਲੱਗ ਜਾਏ ਨਾ ਕਿ ਇੱਕ ਫਲਾਣੀ ਫਿਲਮ 'ਚ ਫਲਾਣੇ ਬੰਦੇ ਨੇ ਐਂ ਕਰਿਆ ਸੀ ਉੱਦਾਂ ਕਰ ਦਿਉ, ਉੱਦਾਂ ਮਾਰ ਖਾ ਜਾਂਦਾ। ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਜਦੋਂ ਕਮੈਂਟ ਪੜ੍ਹਦਾ ਨਾ, ਬਹੁਤਾ ਗ੍ਰਾਫ ਫਿਰ ਥੱਲੇ ਚਲੇ ਜਾਂਦਾ, ਅੱਜ ਤੋਂ ਬਾਅਦ ਕਮੈਂਟ ਨਹੀਂ ਪੜ੍ਹਨੇ ਜੀ। ਇੱਕ ਮੇਰਾ ਆਖਰੀ ਸਵਾਲ ਹੈ, ਉਸ ਮਾਈਕ ਕਿਸੇ ਹੋਰ ਨੂੰ ਦੇਊਂਗਾ, ਹੋਰ ਜਿਨ੍ਹਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਛ ਜੌਬ ਤੇ ਹੈ, ਕੁਛ ਹੋਰ ਫਿਲਮਾਂ 'ਚ ਕੰਮ ਕਰ ਰਹੇ ਹੈ। ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ
ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਛ ਇਹੋ ਜਿਹਾ ਕੰਮ ਨਹੀਂ, ਫਿਲਮ 'ਚ ਰੀਟੇਕ ਹੁੰਦਾ, 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ, ਜੇ ਉਹਦਾ ਗਲਤ ਹੋ ਜਾਵੇ ਦੁਬਾਰਾ ਕਰਾ ਲਾਉਂਦੇ, ਜੇ ਫਿਰ ਵੀ ਮਨਿਊਟਲੀ ਰਹਿ ਜਾਏ ਕਿਤੇ ਫਿਰ ਉਹ ਡਬਿੰਗ ਸਟੀਕ ਹੋ ਜਾਂਦਾ। ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ, ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ, ਇੱਕ ਇੱਕ ਲਾਈਟ ਮੈਨ ਤੋਂ ਲੈ ਕੇ ਸਪੋਟ ਬੋਏ ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀ ਹੈ ਉਹਦਾ ਯੋਗਦਾਨ ਹੈ। ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਇਹ ਫਿਲਮ ਮੇਰੇ ਕਰਕੇ ਜਾਂ ਮੈਂ, ਆਮ ਨਥਿੰਗ, ਇਸ ਬਿਕੋਜ਼ ਆਫ ਸਾਰੇ ਜਿਹੜੇ ਕਰੈਕਟਰਸ ਆ ਉਹਨਾਂ ਨੇ ਬਾਖੂਬੀ ਨਿਭਾਇਆ। ਤੁਸੀਂ ਕਮਾਲ ਦੀ, ਮੈਂ ਅੱਗੇ ਵੀ ਦੱਸੀ ਸੀ ਇਹ ਗੱਲ, ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ਼ਰੀਕੇ 'ਚ ਸੀ, ਉਹ ਡੈਥ ਹੋ ਗਈ, ਉਹ ਮੇਰੇ ਨਾਲ ਮੈਨੂੰ ਕਹਿੰਦੇ ਸ਼ੂਟਿੰਗ 'ਤੇ ਜਾਣਾ ਸੀ, ਉਹ 3-4 ਬੱਚੇ ਮੇਰੇ ਨਾਲ ਉੱਥੇ ਸੈੱਟ 'ਤੇ ਰਹੇ। ਅਤੇ ਜਦੋਂ ਅਸੀਂ ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਵਕਤ 'ਤੇ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦੋਂ ਤਿਆਰ ਹੋਣ ਲੱਗੇ ਸੀ ਅਸੀਂ, ਮੈਨੂੰ ਕਹਿੰਦਾ ਵੀਰ ਜੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖੇ ਕਦਮ, ਮੈਨੂੰ ਤਾਂ ਐਂ ਲੱਗਦਾ ਵੀ ਸੱਚੀ ਉਹ ਪਿਛਲੀ ਸਦੀ 'ਚ ਫਿਰਦਾ, ਮੈਂ ਤਾਂ ਹੁਣ ਦਾੜੀ ਰੱਖ ਲੈਣੀ। ਸਾਡੀ ਫਿਲਮ 'ਚ ਤੁਹਾਨੂੰ ਕੋਈ ਚੋਕਲੇਟ ਫੇਸ ਨਹੀਂ ਮਿਲੂਗਾ, ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ। ਘੋਕਰ ਵਿਲਨ ਜੇ ਹੈ, ਖਲਨਾਇਕ ਹੈ, ਤਾਂ ਉਹ ਕਿਉਂ ਬਣਿਆ? ਉਹਦੇ ਪਿੱਛੇ ਕਹਾਣੀ ਹੈ, ਕਿਉਂਕਿ ਜੰਮਦਾ ਕੋਈ ਵੀ ਬੰਦਾ ਆਪਦਾ ਕਿਰਦਾਰ ਨਹੀਂ ਖਰਾਬ ਕਰਦਾ। ਬਲਵੀਰ ਕੌਰ ਦੀ ਆਪਣੀ ਦਾਸਤਾਨ, ਉਹਦੀ ਬਦਕਾਰੀ ਦੀ ਦਾਸਤਾਨ, ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਦੀ ਹੈ। ਸ਼ਾਇਦ ਬਹੁਤ ਫਿਲਮਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ, ਬਟ ਇਹ ਫਿਲਮ 'ਚ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ 'ਤੇ ਸਹੀ ਹੈ। ਇਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਰਹੇ। ਤੁਸੀਂ, ਤੁਹਾਡਾ ਇੱਕ ਰੋਮਾਂਟਿਕ ਡਾਇਲੋਗ ਹੈ ਨਾ, ਮੈਂ ਮੋਸਟਲੀ ਫਿਲਮਾਂ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ? ਮਤਲਬ ਤੁਹਾਡੇ ਹਾਵ ਭਾਵ ਹੀ ਹੋਰ ਹੁੰਦੇ ਨੇ, ਠੀਕ ਹੈ, ਰੋਮਾਂਟਿਕ ਹੁੰਦਾ ਨਾ ਵਧੀਆ, ਅੱਖਾਂ 'ਚ ਵੀ ਮਤਲਬ ਰੋਮਾਂਟਿਕਪਣ ਹੋਵੇ, ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ? ਪਤਾ ਨਹੀਂ, ਇਹ ਤਾਂ ਹੁਣ ਮੈਨੂੰ ਸਾਫ ਨਹੀਂ ਪਤਾ, ਮੇਰੀ ਆਵਾਜ਼ ਹੀ ਇੱਦਾਂ ਦੀ ਆ, ਮੇਰਾ ਅੱਖਾਂ ਨਸ਼ੇੜੀ ਬੁੱਲ ਮੋਟੇ, ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ, ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ, ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ। ਸ਼ਾਇਦ ਮੈਂ ਆਪਦਾ ਜਿਹੜਾ ਸਾਂਭਲਾਪਣ ਲੁਕਾਉਣ ਲਈ ਇੱਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਹੀ ਨਾ ਆਵੇ ਇਹਦੀ ਸ਼ਕਲ ਕਿੱਦਾਂ ਦੀ ਹੈ ਯਾਰ। ਅਗਲਾ ਸਵਾਲ ਮੇਰਾ ਨਹੀਂ ਹੈਗਾ ਜੀ। ਅੱਛਾ, ਸਤਿ ਸ਼੍ਰੀ ਅਕਾਲ ਸਰ ਜੀ। ਭੈਣੇ ਜੀ ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਅਮਿਤੋਜ ਮਾਨ ਭਾਜੀ ਦੀ, ਔਰ ਇਸ ਫਿਲਮ ਦੇ ਵਿੱਚ ਜਿਹੜਾ ਤੁਹਾਡਾ ਕਿਰਦਾਰ ਹੈ ਸੁੱਚੇ ਸੂਰਮੇ ਦਾ, ਯਾਰਾਂ ਦੀ ਯਾਰੀ ਹੈ ਨਾ, ਜਿੱਥੇ ਖੜ ਗਏ ਉੱਥੇ ਅੜ ਗਏ, ਪਰ ਜਿੰਨਾ ਕੁ ਅਸੀਂ ਤੁਹਾਨੂੰ ਜਾਣਦੇ ਹਾਂ ਜਾਂ ਜਿੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ, ਅਸੀਂ ਦੇਖਦੇ ਹਾਂ ਕਿ ਬੱਬੂ ਮਾਨ ਜੀ ਵੀ ਰਿਜ਼ੈਂਬਲ ਕਰਦੇ ਨੇ ਸੁੱਚਾ ਸੂਰਮਾ ਨਾਲ ਯਾਰੀ ਦੇ ਮਾਮਲੇ ਵਿੱਚ। ਸਿਰਫ ਅਮਿਤੋਜ ਮਾਨ ਜੀ ਨਾਲ ਹੀ ਨਹੀਂ, ਮਨੀਸ਼ ਜੀ ਬੈਠੇ ਨੇ, ਬਬਲਾ ਭਾਜੀ ਨੇ, ਸੋ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਵੀ ਯਾਰੀਆਂ ਬੱਬੂ ਮਾਨ ਦੀਆਂ ਉੱਥੇ ਹੀ ਖੜੀਆਂ ਨੇ। ਵੀ ਆਪਾਂ ਐਗਜ਼ਾਮਪਲ ਦੇ ਸਕਦੇ ਕਿ ਯਾਰੀ ਹੋਵੇ ਤੇ ਉਦਾਂ ਦੀ ਜਾਨ ਦੇ ਵੀ ਦਈਏ ਤੇ ਲੈ ਵੀ ਲਈਏ। ਦੇਖੋ ਜ਼ਿੰਦਗੀ 'ਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਗਰੋ ਕਰਦੇ ਹੋ, ਕੰਮ ਕਰਦੇ ਹੋ, ਪ੍ਰੋਫੈਸ਼ਨ 'ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ। ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ, ਪਰ ਜਦੋਂ ਅਸੀਂ ਪਲ ਪਲ ਜਿਉਂਦੇ ਹਾਂ ਤਾਂ ਇਹ ਬਹੁਤ ਲੰਬਾ ਹੈ। ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ। ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ, ਉਹਦੀ ਕੋੜੀ ਨਿਕਲ ਕੇ ਚੈਨ ਨੂੰ ਟਾਈਟ ਕਰ। ਇਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ, ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ, ਜਿਹਨਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ। ਜਿਹਨਾਂ ਖਿਆਲਾਂ 'ਚ ਬਹਿਸ ਹੋਣ ਲੱਗ ਜਾਏ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ।
ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਘੀ ਹੈ, ਬਹੁਤੀ। ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ, ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ। ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ, ਅਸੀਂ ਉਹਨਾਂ ਦੇ ਸਪੋਰਟਰ ਸੀ। ਸੋ ਉਸ ਦੌਰ 'ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ। ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ, ਗਹਿਣੇ ਹਮੇਸ਼ਾ ਬੰਦਾ ਸਾਂਭ ਕੇ ਰੱਖਦਾ। ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਹੈ ਕਮਾਏ ਆ, ਸ਼ਿਕਵੇ ਵੀ ਹੋ ਜਾਂਦੇ ਹਾਂ ਅਸੀਂ, ਕਈ ਵਾਰੀ ਗੁੱਸੇ ਵੀ ਹੋ ਜਾਂਦੇ ਹਾਂ। ਇਹ ਸਮੇਂ ਵੀ ਬਹੁਤ ਸਾਲਾਂ ਤੋਂ, ਵੈਨ ਹੀ ਸਟਾਰਟਡ ਹਿਸ ਕੈਰੀਅਰ, ਉਦੋਂ ਤੋਂ ਅਸੀਂ ਵਾਕਫ ਹੈ। ਤੋ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਨੋਕ ਝੋਕ ਹੁੰਦੀ ਹੈ, ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵੱਧ ਨਵਾਉਣਾ ਮੇਰੇ ਨਾਲ। ਮੈਂ ਇਹਨੂੰ ਫਿਰ ਕਈ ਵਾਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੇ ਨਵਾਉਂਦੇ। ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜਿਆ। ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪਰਮਾਤਮਾ ਕਰੇ। ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤਾਂ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ, ਇਹ ਸਾਡੇ ਸ਼ਰਮਾ ਜੀ ਅਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ, ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਅਤੇ ਉਹਦੀ ਵੀ ਫਿਲਮ ਆਉਣੀ ਆ। ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਜਾਂ ਆਰਟਿਸਟ ਆਪਣੀ ਗੱਲ ਕਰਦਾ, ਪਰ ਮੈਨੂੰ ਜਿਹੜੇ ਮੇਰੇ ਆਪਣੇ ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਹੈ ਸ਼ਾਹਕੋਟ, ਉਹ ਵੀ ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀਰ। ਹੈ ਜੀ ਜ਼ਰੂਰ। ਇੱਕ ਹੋਰ ਸਵਾਲ, ਤਿੰਨ ਹੋਰ ਕਰ, ਤੂੰ ਚਿੰਤਾ ਨਾ ਕਰ। ਮੈਂ ਜਦੋਂ ਟ੍ਰੇਲਰ ਦੇਖਿਆ ਸੀਗਾ ਤੇ ਮੈਂ ਘੋੜਿਆਂ ਦੀ ਐਂਟਰੀ ਤੋਂ ਮੇਰਾ ਸਿੱਧਾ ਧਿਆਨ ਗਿਆ ਬੈਕ ਆਫ ਦਾ ਮਾਈਂਡ ਇਸ਼ਕ ਪੂਰਾ। ਮੈਂ ਗੁਰਪ੍ਰੀਤ ਭਾਜੀ ਨਾਲ ਸਵਾਲ ਵੀ ਕੀਤਾ ਸੀ, ਮੈਂ ਕਿਹਾ ਚੱਕਰ ਲਾ ਕੇ ਆਏ ਹੋ, ਕਹਿੰਦੇ ਹਾਂ ਕਿਉਂਕਿ ਅੱਜ ਕੱਲ੍ਹ ਜਦੋਂ ਐਕਸ਼ਨ ਦੇਖਦੇ ਹੋਏ ਅਸੀਂ ਗੱਲ ਕਰਦੇ ਹਾਂ ਤੇ ਅਸੀਂ ਬਹੁਤ ਆਮ ਤੌਰ ਤੇ ਕਹਿ ਦਿੰਦੇ ਹਾਂ ਐਕਸ਼ਨ ਤੇ ਬਹੁਤ ਵਰਕ ਕੀਤਾ ਜਾ ਰਿਹਾ, ਵਿਚ ਇਜ਼ ਟਰੂ, ਅਸੀਂ ਸਾਊਥ ਨਾਲ ਕੰਪੈਰੀਜ਼ਨ ਕਰਦੇ ਹਾਂ, ਪਰ ਐਕਸ਼ਨ ਤੇ ਉਸ ਪੀਰੀਅਡ ਦੇ ਵਿੱਚ ਵੀ ਸੀ ਜਦੋਂ ਘੋੜਿਆਂ ਦੇ ਉੱਤੇ ਬਹਿ ਕੇ ਆਇਆ ਜਾਂਦਾ ਸੀ। ਲੋਕਾਂ ਨੂੰ ਲੱਗਦਾ ਬਹੁਤ ਮਿਹਨਤ ਕੀਤੀ ਜਾਂਦੀ ਹੈ, ਪਰ ਤੁਹਾਡੇ ਲਈ ਤਾਂ ਇਹ ਹੈ ਕਿ ਤੁਹਾਨੂੰ ਘੋੜਿਆਂ ਨਾਲ ਇੰਨਾ ਪਿਆਰ ਹੈ ਕਿ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਬਸ ਪਿਆਰ ਹੀ ਰੋਲ ਕਰਵਾ ਜਾਂਦਾ। ਔਰ ਗੁਰਪ੍ਰੀਤ ਵੀਰੇ ਨੇ ਕਿਹਾ ਵੀ ਸੀ, ਕਹਿੰਦੇ ਬਹੁਤ ਪਾਰਕੂ ਨੇ ਦੁਬਾਰਾ ਫਿਰ ਤੁਹਾਨੂੰ ਦਿਖਾਉਂਦੇ ਆ ਘੋੜੇ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਫਿਲਮ ਦੇ ਡਾਇਰੈਕਟਰ ਮਤੋਜ ਮਾਨ ਜੀ ਤੋਂ ਹੈ। ਸਤਿ ਸ਼੍ਰੀ ਅਕਾਲ, ਇੱਧਰ ਲੈ ਬਸ ਇੱਧਰ ਜਿੱਧਰ ਹੁਣੇ ਸਵਾਲ ਸੀਗਾ ਉਹਨਾਂ ਦੇ ਨਾਲ। ਹਾਂਜੀ। ਸੋ ਮੇਰਾ ਮਤੋਜ ਮਾਨ ਜੀ ਤੋਂ ਹੈ, ਕਿਉਂਕਿ ਨਾ ਰੀਅਲ ਬੇਸ ਸਟੋਰੀ ਹੈ ਤੇ ਹਰ ਕਿਰਦਾਰ ਇੰਪੋਰਟੈਂਟ ਹੈ ਤੇ ਉਹਦੇ ਨਾਲ ਹੀ ਪੂਰੀ ਕਹਾਣੀ ਬਣਦੀ ਹੈ। ਸੋ ਜਦੋਂ ਫੈਕਟ ਇਕੱਠੇ ਕਰਦੇ ਹਾਂ ਆਪਾਂ ਕਿ ਇਸ ਕਿਰਦਾਰ ਦਾ ਇਹ ਫੈਕਟ ਸੀਗਾ ਜਾਂ ਉਹਦੇ ਨਾਲ ਆਹ ਕਹਾਣੀ ਜੁੜਦੀ ਹੈ, ਸੋ ਕੀ ਸੋਰਸ ਸੀਗੇ ਪੂਰੀ ਸਟੋਰੀ ਕਰਨ ਦੇ ਲਈ? ਨੌਜਵਾਨ ਪਿੰਡ ਵਾਲਿਆਂ ਨਾਲ ਗੱਲ ਕੀਤੀ ਗਈ, ਉਹਨਾਂ ਦੀ ਪੀੜ੍ਹੀ ਦੇ ਅੱਗੇ ਬੰਦੇ ਹੈਗੇ ਨੇ? ਨਹੀਂ, ਬਹੁਤ ਚੀਜ਼ਾਂ ਦੇਖੋ, ਜਿਹੜੇ ਪਿੰਡ ਦੇ ਹੈ ਆਪਣੇ, ਉਹਨਾਂ ਕੋਲ ਵੀ ਇੱਦਾਂ ਦਾਸਤਾਨ ਅੱਗੇ ਚੱਲ ਕੇ ਆਈ ਹੈ। ਉਹ ਉਹਨਾਂ ਉਸ ਵਕਤ ਕੁਛ ਦੇਖੋ, ਅੰਗਰੇਜ਼ਾਂ ਦਾ ਰਾਜ ਸੀ, ਬਹੁਤ ਚੀਜ਼ਾਂ ਨਾ ਇਹ ਸਾਡੇ ਪੰਜਾਬ ਦੀਆਂ ਲਿਖੀਆਂ ਨਹੀਂ ਗਈਆਂ ਸੀ। ਪਹਿਲਾਂ ਕਵਿਤ ਬਣੇ, ਛੰਦ ਬਣੇ, ਫਿਰ ਗਾਣੇ ਬਣੇ, ਫਿਰ ਕਵੀਸਰੀ ਦੇ ਜ਼ਰੀਏ, ਕਿਉਂਕਿ ਜਿਹੜੀ ਪੜ੍ਹਾਈ ਦਾ ਸਿਸਟਮ ਸੀ ਉਹ ਇਸ ਤਰ੍ਹਾਂ ਵਾਸਟ ਨਹੀਂ ਸੀ ਉਦੋਂ। ਤੋ ਜਿਹੜਾ ਪਿੰਡ 'ਚ ਕੋਈ ਥੋੜ੍ਹਾ ਪਾਰਕ ਹੁੰਦਾ ਸੀ ਜਾਂ ਪੜ੍ਹਿਆ ਲਿਖਿਆ ਹੁੰਦਾ ਸੀ, ਫਿਰ ਉਹ ਕੁਛ ਗੱਲਾਂ ਨਾਲ ਲਿਆਉਂਦਾ ਸੀ, ਸੱਥ 'ਚ ਬੈਠ ਕੇ ਸੁਣਾਉਂਦਾ ਸੀ, ਇੱਦਾਂ ਇਹ ਸੱਥਾਂ 'ਚੋਂ ਨਿਕਲੀ ਆ। ਫਿਰ ਹੌਲੀ ਹੌਲੀ ਜਿੱਦਾਂ ਗੁਰਪ੍ਰੀਤ ਵਰਗੇ ਨੌਜਵਾਨ ਜਾਂ ਹੋਰ ਅਨੇਕਾਂ ਨੌਜਵਾਨ ਯੂਨੀਵਰਸਿਟੀਆਂ 'ਚ ਆਏ, ਫਿਰ ਉਹਨਾਂ ਨੇ ਹੌਲੀ ਹੌਲੀ ਉਹ ਲਿਖਤਾਂ ਇਕੱਠੀਆਂ ਕਰੀਆਂ। ਜਿੱਦਾਂ ਉਦਾਹਰਨ ਦੇ ਤੌਰ 'ਤੇ 50-100 ਸਾਲ ਪੁਰਾਣੀਆਂ ਜਿਹੜਾ ਕਵੀਸ਼ਰ ਯੁੱਗ ਸ਼ੁਰੂ ਹੋਇਆ ਸੀ ਉਹ ਵੀ ਉੱਥੇ ਕਿਤਾਬਾਂ 'ਚ ਮਿਲਦਾ। ਤੋ ਇੱਦਾਂ ਫਿਰ ਇਕੱਲੀ ਚੀਜ਼ ਤੁਸੀਂ ਫਿਲਮ ਦੇਖੋਗੇ ਸ਼ਾਇਦ ਤੁਹਾਨੂੰ ਇਹ ਸਾਰੇ ਜਵਾਬ ਮਿਲ ਜਾਣਗੇ। ਔਰ ਮੈਂ ਗੁਰਪ੍ਰੀਤ ਨੂੰ ਮਾਈਕ ਦਿੰਦਾ, ਤੁਹਾਨੂੰ ਦੱਸੂਗਾ ਰਿਸਰਚ ਦਾ ਵੇ ਕੀ ਸੀ। ਪਹਿਲਾਂ ਤੁਸੀਂ ਭਾਅ ਜੀ ਇੱਕ ਵਾਰੀ ਸਵਾਲ ਸਾਰੇ ਤੁਹਾਡੇ ਤੋਂ ਲੈ ਲੈਣਗੇ। ਨਹੀਂ ਨਹੀਂ,
ਇਹਦੀ ਦੇਖੋ ਜੀ ਰਿਸਰਚ ਦਾ ਇਹ ਸੀਗਾ ਕਿ ਇੱਕ ਤਾਂ ਪਿੰਡ ਦੇ ਜਿੰਨੇ ਬਜ਼ੁਰਗ ਸੀਗੇ ਲੋਕ ਅਸੀਂ ਉਹਨਾਂ ਨੂੰ ਜਾਣਿਆ ਸਮਝਿਆ, ਅਤੇ ਥੋੜ੍ਹੀ ਜਿਹੀ ਬੈਕਗਰਾਊਂਡ ਇਹਦੀ ਇਹ ਵੀ ਸੀਗੀ ਕਿ ਮੇਰੇ ਪਿੰਡ ਤੋਂ ਸੁੱਚਾ ਸੂਰਮਾ ਦਾ ਪਿੰਡ, ਮੈਨੂੰ ਲੱਗਦਾ 25ਵੇਂ ਮਿੰਟ 'ਚ ਅਸੀਂ ਸੂਰਮੇ ਦੇ ਪਿੰਡ ਪਹੁੰਚ ਜਾਂਦੇ ਸੰਭਾਵ। ਸਾਡੇ ਬਜ਼ੁਰਗਾਂ ਤੋਂ ਮੈਂ ਇਹ ਵੀ ਸੁਣਿਆ ਕਿ ਸੰਗਤੀ ਵਾਲਾ ਪਿੰਡ ਪੈਂਦਾ ਹੈ ਜਿੱਥੇ ਉਹਨਾਂ ਨੂੰ ਇੱਕ ਵਾਰੀ ਅਰੈਸਟ ਵੀ ਕਰਵਾਇਆ ਗਿਆ ਸੀ, ਉਹ ਸਾਡੇ ਪਿੰਡਾਂ ਵਿੱਚ ਦੀ ਜਾਂਦੇ ਹੁੰਦੇ ਸੀ। ਅਸੀਂ ਬਚਪਨ ਤੋਂ ਉਹਨਾਂ ਦੀਆਂ ਗਾਥਾਵਾਂ ਸੁਣ ਕੇ ਵੱਡੇ ਹੋਏ ਹਾਂ। ਸਾਨੂੰ ਇੰਨੀ ਕੁ ਰਿਸਰਚ ਪਤਾ ਚੱਲ ਗਈ ਸੀ ਕਿ 1916 ਦੇ ਆਸ ਪਾਸ ਗੰਗਾ ਜਾ ਕੇ ਫੁੱਲ ਪਾਏ ਗਏ ਸੀ ਸੁੱਚਾ ਸਿੰਘ ਦੇ, ਅਤੇ ਸਾਡੀ ਰਿਸਰਚ ਇਸ ਲੈਵਲ ਤੱਕ ਸੀ ਕਿ ਸਾਨੂੰ ਪਤਾ ਲੱਗਿਆ ਸੀ ਉਹਨਾਂ ਦਾ ਦੌਰ ਵੀ ਕਿਹੜਾ ਹੈਗਾ। ਅਤੇ ਪਿੰਡ ਦੇ ਕੁਛ ਲੋਕਾਂ ਨੇ ਕਾਫ਼ੀ ਕੀਤਾ ਰਿਸਰਚ, ਜਿੱਦਾਂ ਭਾਅ ਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਗਾਥਾਵਾਂ ਲਿਖੀਆਂ ਜਾਂਦੀਆਂ ਨੇਗੀਆਂ, ਮੈਂ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਅਤੇ ਸਾਨੂੰ ਉੱਥੋਂ ਕਾਫ਼ੀ ਰੈਫਰੈਂਸ ਮਿਲੀਆਂ ਨੇਗੀਆਂ। ਬਾਕੀ ਜਦੋਂ ਤੁਸੀਂ ਫਿਲਮ ਨੂੰ ਪੂਰਾ ਜੋੜਦੇ ਹੋਣੋਗੇ ਤਾਂ ਤੁਹਾਨੂੰ ਕੁਛ ਨਾ ਕੁਛ ਕ੍ਰੀਏਟਿਵ ਲਿਬਰਟੀ ਲੈਣੀ ਪੈਂਦੀ ਆ। ਕੁਛ ਇੱਦਾਂ ਦੀਆਂ ਤੰਦਾਂ ਸੀ ਜੋ ਨਹੀਂ ਇੱਕ ਦੂਸਰੇ ਨਾਲ ਜੁੜਦੀਆਂ ਸੀ, ਜੋ ਲੋਕ ਗਾਥਾਵਾਂ ਤਾਂ ਚੱਲਦੀਆਂ ਹੁੰਦੀਆਂ ਨੇ, ਉਹ ਲੌਜਿਕਸ ਵਾਸਤੇ ਫਿਰ ਅਮਿਤੋਜ ਭਾਅ ਜੀ ਇਸ ਚੀਜ਼ ਕਰਾਫਟ ਦੇ ਮਾਸਟਰ ਨੇ, ਅਤੇ ਮੈਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਜੋ ਉਹਦੇ ਬੈਸਟ ਸਲਿਊਸ਼ਨਸ ਕੱਢੇ ਨੇ। ਤੁਸੀਂ ਫਿਲਮ 'ਚ ਦੇਖੋਗੇ ਤੁਸੀਂ ਕਹੋਗੇ ਯਾਰ ਕਿ ਆਹ ਲੌਜਿਕਸ ਵੀ ਇੱਦਾਂ ਜੁੜ ਸਕਦੇ ਨੇ। ਕੁਛ ਚੀਜ਼ਾਂ ਪਹਿਲੀ ਵਾਰ ਤੁਸੀਂ ਇਸ ਕਿੱਸੇ ਨੂੰ ਲੈ ਕੇ ਫਿਲਮ 'ਚ ਜਾ ਕੇ ਦੇਖੋਗੇ। ਸਰ ਮੇਰੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ, ਜਿਵੇਂ ਤੁਸੀਂ ਕਿਹਾ ਨਾ ਸਮਾਓ ਪਿੰਡ ਜਾ ਕੇ ਮਤਲਬ ਬਜ਼ੁਰਗਾਂ ਤੋਂ ਜਾਂ ਉਹ ਰਿਸਰਚ ਕੀਤੀ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਾਨਕੇ ਸੀਗੇ ਗੈਰੀ ਭਾਗੀ, ਉੱਥੇ ਜਾ ਕੇ ਵੀ ਤੁਸੀਂ ਉਹਨਾਂ ਨਾਲ ਰਿਸਰਚ ਕੀਤੀ ਜਿੱਥੇ ਕਹਿੰਦਾ ਫਾਂਸੀ ਦਿੱਤੀ ਗਈ ਸੀ ਉਹਨਾਂ? ਬਿਲਕੁਲ ਹੈ ਜੀ, ਗੈਰੀ ਭਾਗੀ ਦੇ ਨਾਲ ਹੀ ਉਹਨਾਂ ਦਾ ਕਨੈਕਸ਼ਨ ਜੁੜਦਾ, ਅਤੇ ਇਹ ਵੀ ਸੱਚ ਹੈ ਕਿ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਹ ਗੈਰੀ ਭਾਗੀ ਦੇ ਵਿੱਚ ਹੀ ਕੀਤਾ ਗਿਆ ਸੀ। ਉਸ ਜੰਡ ਥੱਲੇ ਜਿੱਥੇ ਫਾਂਸੀ ਦਿੱਤੀ ਗਈ ਸੀ ਉਹ ਸਾਰੇ ਲੋਕਾਂ ਨੂੰ ਅਸੀਂ ਮਿਲੇ ਜਾਣਿਆ, ਔਰ ਉਸ ਕਿੱਸੇ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸੁੱਚਾ ਸਿੰਘ ਸੂਰਮੇ ਦਾ ਗਹਿਰੀ ਭਾਗੀ ਦੇ ਨਾਲ ਕੀ ਸੰਬੰਧ ਹੈ, ਅਤੇ ਜਦਕਿ ਉਹਨਾਂ ਦੇ ਅਸਲ ਫਾਂਸੀ ਲੱਗਣ ਦਾ ਕਾਰਨ ਕੀ ਸੀ, ਉਹ ਸਾਰੀ ਰਿਸਰਚ ਅਸੀਂ ਉੱਥੇ ਜਾ ਕੇ ਕੀਤੀ ਹੈ ਜੀ। ਗੁਰਬਿੰਦਰ ਸਾਹਿਬ, ਮੇਰਾ ਸਵਾਲ ਤੁਹਾਡੇ ਨਾਲ ਹੈ, ਮੈਂ ਡੇਲੀ ਪੋਸਟ ਤੋਂ ਸੰਦੀਪ ਕੰਬੋਜ ਗੱਲ ਕਰ ਰਿਹਾ ਜੀ। ਤੁਹਾਡੇ ਇੱਕ ਤਾਂ ਜਿਹੜਾ ਵਾਲਾਂ ਦਾ ਸਟਾਈਲ ਹੈ ਬੜਾ ਸੋਹਣਾ ਹੈ, ਬੜੇ ਲੰਮੇ ਸਮੇਂ ਤੇ ਹੀ ਚੱਲ ਰਿਹਾ ਹੈ, ਤੇ ਅਸੀਂ ਫਿਲਮ ਦੇ ਟ੍ਰੇਲਰ ਦੇਖਿਆ ਤਾਂ ਟ੍ਰੇਲਰ ਦੇ ਵਿੱਚ ਕਿਸੇ ਵੀ ਮਤਲਬ ਅਸੀਂ ਕਹਿ ਦਈਏ ਕਿ ਕੋਈ ਵੀ ਸੈੱਟ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ, ਸਾਰੀ ਚੀਜ਼ ਹੈ ਪੁਰਾਣੀ ਦਿਖਾਈ ਗਈ, ਚਾਹੇ ਮੰਜੇ ਹੋਣ, ਚਾਹੇ ਕੈਂਠੇ ਹੋਣ, ਚਾਹੇ ਉਹ ਗਲਾਂ ਦੇ ਵਿੱਚ ਮਨਕੇ ਹੋਣ, ਚਾਹੇ ਕੁੜੀਆਂ ਦੀ ਡਰੈਸਅਪ ਦੀ ਗੱਲ ਹੋਵੇ, ਤੁਹਾਡੇ ਹੱਥ 'ਚ ਗੰਡਾਸਾ ਜਿਹੜਾ ਕਿ ਹਮੇਸ਼ਾ ਕਿਸਾਨ ਦੇ ਨਾਰੇ ਨਾਲ, ਜ਼ਿਮੀਂਦਾਰ ਦੇ ਨਾਰੇ ਨਾਲ ਜਿਹੜੀ ਪੁਰਾਣੀ ਪਛਾਣ ਹੈਗੀ ਹੈ। ਦੇਖੋ ਇਹ ਸਾਰੀਆਂ ਗੱਲਾਂ ਵੈਸੇ ਤਾਂ ਅਮਿਤੋਜ ਦਾ ਪੱਖ ਸੀ ਉਹਨਾਂ ਨੇ ਦੱਸਣੇ ਸੀ, ਕਿਉਂਕਿ ਇਹ ਸਾਰੀ ਜਿਹੜੀ ਪੂਰੀ ਕਹਾਣੀ ਜਾਂ ਇਹ ਜਿਹੜੀ ਪੂਰਾ ਪੂਰੀ ਜਿਹੜੀ ਬਸਾਤ ਹੈ ਇਹ ਡਾਇਰੈਕਟਰ ਸਾਹਿਬ ਦੇ ਹਿਸਾਬ ਨਾਲ ਹੈ, ਔਰ ਇਹ ਬਰੀਕੀ ਤੱਕ ਜਾਣਾ ਅਤੇ ਉਸ ਤਰ੍ਹਾਂ ਦੀ ਟੀਮ ਇਕੱਠੀ ਕਰਨਾ, ਔਰ ਆਰਟ ਵਰਕ ਸੱਚੀ ਲੱਗਦਾ ਸੀ ਉਸ ਸੈੱਟ 'ਤੇ ਕਿ ਅਸੀਂ ਉਸ ਯੁੱਗ 'ਚ ਪਹੁੰਚ ਗਏ। ਸੋ ਇਸ ਵਧਾਈ ਦੇ ਸਾਰੇ ਪਾਤਰ ਹਾਂ, ਔਰ ਇਸ ਕੰਪਨੀ ਵਾਲੇ ਜਿਨ੍ਹਾਂ ਨੇ ਇਹ ਚੀਜ਼ਾਂ ਮੁਹੱਈਆ ਕਰਵਾਈਆਂ। ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਦੀਪ ਸਿੰਘ ਐਸਐਮਟੀਵੀ ਤੋਂ। ਮੇਰਾ ਗੁਰਪ੍ਰੀਤ ਬਾਈ ਅਤੇ ਮਾਨ ਸਾਹਿਬ ਤੁਹਾਨੂੰ ਦੋਨਾਂ ਨੂੰ ਸਵਾਲ ਆ। ਸੁੱਚਾ ਸੂਰਮਾ ਦੀਆਂ ਅਸੀਂ ਗਾਥਾਵਾਂ ਵੀ ਬਹੁਤ ਸੁਣੀਆਂ, ਕਹਾਣੀਆਂ ਬਹੁਤ ਸੁਣੀਆਂ, ਅਤੇ ਅੱਗੋਂ ਪਹਿਲਾਂ ਇੱਕ ਫਿਲਮ ਵੀ ਬਣ ਚੁੱਕੀ ਆ 1996 ਦੇ ਵਿੱਚ, ਹੁਣ ਇਹ ਮੂਵੀ ਦੁਬਾਰੇ ਰਿਪੀਟ ਹੋ ਰਹੀ ਆ, ਇਹਦੇ ਵਿੱਚ ਸਾਨੂੰ ਕੁਝ ਚੇਂਜ ਮਿਲੂਗਾ, ਕੁਝ ਨਵਾਂ ਦੇਖਣ ਨੂੰ ਮਿਲੂਗਾ? ਦੇਖੋ ਪਤਾ ਕੀ ਹੁੰਦਾ, ਤੁਸੀਂ ਇਸ ਤਰ੍ਹਾਂ ਦੇ ਇਹ ਇਸ ਤਰ੍ਹਾਂ ਦੇ ਇਹ ਸਵਾਲ ਦੇ ਜਵਾਬ ਨਹੀਂ ਕੋਈ ਹੁੰਦੇ। ਇਹ ਮਤਲਬ ਆਪਾਂ ਇੱਕ ਖਿਆਲ ਆ ਜੇ ਫਿਲਮ ਆਉਣੀ ਹੈ, ਤੁਹਾਨੂੰ ਇਹ ਸਵਾਲ ਤੁਸੀਂ ਬਾਅਦ 'ਚ ਅੱਛਾ ਲੱਗੂਗਾ ਕਿ ਕਿੱਦਾਂ ਲੱਗੀ, ਉਹ ਅਸੀਂ ਇੱਦਾਂ ਦੱਸ ਨਹੀਂ ਪਾਉਣਾ। ਮੰਨ ਲਓ ਹੁਣ ਗੁਰਪ੍ਰੀਤ ਸਿੰਘ ਨੇ ਕਹਾਣੀ ਲਿਖੀ ਹੈ, ਸ਼ਾਇਦ ਜੇ ਗੁਰਪ੍ਰੀਤ ਸਿੰਘ ਉਹਨਾਂ ਨੇ ਪਿਛਲੀ ਫਿਲਮ ਨਹੀਂ ਦੇਖੀ ਕਿੱਦਾਂ ਦੱਸ ਸਕਦੇ, ਹੈ ਨਾ? ਉਹ ਪੋਸੀਬਲ ਨਹੀਂ। ਇਸ ਸਵਾਲ ਦਾ ਜਵਾਬ ਅਸੀਂ ਤੁਹਾਡਾ ਰੱਖ ਲੈਂਦੇ, ਰਾਖਵਾਂ, ਅਤੇ ਬਾਅਦ 'ਚ ਆਪਾਂ ਇਕੱਠੇ ਹੋ ਕੇ ਨਾਲ ਚਾਹ ਪੀਵਾਂਗੇ, ਨਾਲ ਫਿਰ ਤੁਹਾਨੂੰ ਦੇ ਦਾਂਗੇ। ਸ਼ੁਕਰੀਆ, ਲਵ ਯੂ ਬ੍ਰਾ। ਸਰ ਮੈਂ ਇਹ ਪੁੱਛਣਾ ਸੀਗਾ ਕਿ ਤੁਸੀਂ ਬਹੁਤ ਸਿਲੈਕਟਿਵ ਹੋ ਆਪਣੇ ਪ੍ਰੋਜੈਕਟਸ ਨੂੰ ਲੈ ਕੇ,
ਬਹੁਤ ਘੱਟ ਫਿਲਮਾਂ ਕਰਦੇ ਹੋ ਲਾਈਕ ਸਾਲਾਂ ਚ ਇੱਕ ਨਹੀਂ ਮੈਂ ਗਲਤੀਆਂ ਕਰ ਲਈਆਂ ਸੀ ਦੋ ਤਿੰਨ ਫਿਰ ਮੈਨੂੰ ਲੱਗਿਆ ਮੈਂ ਬੈਕ ਆਊਟ ਕਰ ਗਿਆ ਮੇਰੇ ਰਿਸ਼ਤੇਦਾਰ ਵੈਸੇ ਤਾਂ ਮੇਰਾ ਮਿੱਤਰ ਆ ਰਿਸ਼ਤੇਦਾਰ ਉਹਦਾ ਫੋਨ ਆਇਆ ਸੀ ਚਾਰ ਕੁ ਦਿਨ ਪਹਿਲਾਂ ਕਿਹਾ ਤੂੰ ਇੰਨੇ ਸਾਲ ਕੀ ਕਰਦਾ ਸੀ ਫਿਲਮ ਕਦੇ ਨਹੀਂ ਕਰੀ ਮੈਂ ਕਬੱਡੀ ਦੇ ਮੈਚ ਦੇਖਦਾ ਸੀ ਕਿਹਾ ਕਬੱਡੀ ਵਾਲੀ ਫਿਲਮ ਦਾ ਕੀ ਲੈਣਾ ਮੈਂ ਕਿਹਾ ਮੈਂ ਦੇਖਦਾ ਸੀ ਭੀਮਾ ਹੱਥ ਕਿਵੇਂ ਲਾਉਂਦਾ ਹਰਜੀਤ ਕਿੱਦਾਂ ਰੇਡ ਕਰਦਾ ਮੰਗੀ ਕਿੱਦਾਂ ਫੜਦਾ ਕਹਿੰਦਾ ਫਿਰ ਮੈਂ ਕਿਹਾ ਫਿਰ ਹੁਣ ਅਸੀਂ ਰੇਡ ਪਾਉਣ ਨਿਕਲ ਗਏ ਸੋ ਇਸ ਕਰਕੇ ਪਤਾ ਕੀ ਹੁੰਦਾ ਫਿਲਮ ਨਾ ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀ ਹਾਂ ਥੋੜ੍ਹੇ ਜਿਹੇ ਸਾਡੇ ਸੁਭਾਅ ਥੋੜ੍ਹੇ ਅੜਬ ਹੈ ਸਾਰਿਆਂ ਦੀ ਨਾ ਛੋਟੀ ਜਿਹੀ ਗੱਲ 'ਤੇ ਫਿਰ ਅਸੀਂ ਗੁੱਸੇ ਹੋ ਜਾਂਦੇ ਹਾਂ ਇੱਦਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ ਸੋ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ ਪਰ ਵਕਤ ਨਾਲ ਫਿਰ ਆਪਾਂ ਸਿਨੇਮਾ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ ਹੌਲੀ ਸਮਝ ਆਉਂਦਾ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ ਪਰ ਨਹੀਂ ਇਹਦਾ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ ਦੋ ਘੰਟੇ ਹੈ ਉਹਨੇ ਦੋ ਘੰਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ ਦੋ ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਹੈ ਸੋ ਇਸ ਕਰਕੇ ਕਦੇ ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਜਾਂ ਪ੍ਰੋਡਕਸ਼ਨ ਹਾਊਸ ਇੱਕ ਇੱਕ ਬੰਦਾ ਇਹਦੇ 'ਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਔਰ ਦਰਸ਼ਕਾਂ ਦਾ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਮੰਨ ਲਓ ਦੇਖੋ ਇਤਿਹਾਸਿਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿ ਇਹਨਾਂ 'ਤੇ ਖਰਚਾ ਬਹੁਤ ਹੁੰਦਾ ਅਤੇ ਕਈ ਵਾਰੀ ਉਹ ਨਹੀਂ ਪੈਸੇ ਪੂਰੇ ਹੁੰਦੇ ਦੂਜੀ ਬਣਾ ਹੀ ਨਹੀਂ ਪਾਉਂਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫਿਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈਏ ਉਹ ਜੋ ਸਾਡੇ ਖਿਆਲ 'ਚ ਹੈ ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦੇ ਇੱਕ ਚੀਜ਼ ਦਿਮਾਗ 'ਚ ਰੱਖਿਓ ਸਿਆਣੀ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਸੀ ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਂਝੇ ਪੰਜਾਬ ਦੇ ਤਾਂ ਇੰਨੀਆਂ ਕਹਾਣੀਆਂ ਮਤਲਬ ਤੁਸੀਂ ਸੋਚ ਹੀ ਨਹੀਂ ਸਕਦੇ ਜਿਹਦੇ 'ਚ ਛੋਟੀ ਛੋਟੀਆਂ ਬਰੇਵਰੀਜ਼ ਹਨ ਬਟ ਉਹ ਉਸ ਵਕਤ ਬਹੁਤ ਵੱਡੀਆਂ ਸੀ ਤਾਂ ਉਹ ਛੋਟੀ ਛੋਟੀਆਂ ਗੱਲਾਂ ਨਾਲ ਬਹੁਤ ਅੱਛੀਆਂ ਫਿਲਮਾਂ ਬਣ ਸਕਦੀਆਂ ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ ਨਹੀਂ ਮੇਰਾ ਸਾਡੀ ਯਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਵੀ ਸਾਡਾ ਹੀ ਹੈ ਵੀ ਕਦੇ ਕਦੇ ਮੈਨੂੰ ਸ਼ਿਕਵਾ ਕਰਦਾ ਰਹਿੰਦਾ ਪਰ ਮੇਰੇ ਛੋਟਾ ਫਿਰ ਮੈਂ ਮਿੱਤਰਤਾ ਤਾਂ ਹੁੰਦੀ ਹੈ ਦੇਖੋ ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਤੁਸੀਂ ਜਦੋਂ ਦੇਖੋ ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਸਾਰੇ ਜਿਹੜੇ ਏ ਲਿਸਟ ਐਕਟਰਸ ਨੇ ਉਹ ਇਕੱਠੇ ਨਹੀਂ ਆਉਂਦੇ ਕਿਸੇ ਦੀ ਗੱਲ ਨਾ ਕਰੋ ਫਿਰ ਚੰਗਾ ਨਹੀਂ ਲੱਗਦਾ ਮੈਂ ਤਾਂ ਬੋਲਦੇ ਨਹੀਂ ਮੈਂ ਤਾਂ ਜੇ ਕਦੇ ਕਦੇ ਬੋਲਦਾ ਫਿਰ ਉੱਤੇ ਹਰ ਗੱਲ ਦੀ ਕੰਟਰੋਲ ਮੇਰੇ ਤੋਂ ਸਾਰੇ ਛੋਟੇ ਆ ਨੌਜਵਾਨ ਨਹੀਂ ਬਟ ਮੇਰਾ ਸਿੰਪਲ ਸਵਾਲ ਆ ਸੀ ਕਿ ਕੋਲੈਬੋਰੇਸ਼ਨ ਐਜ਼ ਇਨ ਕਿ ਐਕਟਰਸ ਦੇ ਵਿੱਚ ਹੋਰ ਹੋਣੀ ਚਾਹੀਦੀ ਹੈ ਜੀ ਭੈਣੇ ਜੀ ਸੁਣ ਪੈਥਨੋਲੋਜੀ ਅਸੀਂ ਤਾਂ ਜਦੋਂ ਕੈਰੀਅਰ ਸ਼ੁਰੂ ਕੀਤਾ ਉਦੋਂ ਹੀ ਬੰਬੇ ਫਿਲਮ ਬਣਾਉਣ ਵਗ ਗਏ ਸੀ ਉਸ ਇੰਡਸਟਰੀ ਨਾਲ ਸਾਡਾ ਇਸ ਕਰਕੇ ਬਹੁਤ ਹੀ ਬਣੀ ਨਹੀਂ ਕਿਉਂਕਿ ਜਿਹੜੀ ਅਸੀਂ ਫਿਲਮ ਬਣਾਈ ਸੀ ਨਾ ਉਹ ਅਸਲੀ ਸਰਦਾਰਾਂ ਦੀ ਕਹਾਣੀ ਸੀ ਜਿਹੜੇ ਅੜਦੇ ਆ ਲੜਦੇ ਆ ਅਤੇ ਖੜਦੇ ਆ ਔਰ ਜਿਹੜੇ ਸਦੀਆਂ ਤੋਂ ਖੜਦੇ ਆਏ ਆ ਸੋ ਇਸ ਕਰਕੇ ਤੁਸੀਂ ਦੱਸੋ ਕਿਹਦੇ ਨਾਲ ਕਰਨੀ ਹੈ ਮੈਂ ਤਾਂ ਰੈਡੀ ਹਾਂ ਤੁਸੀਂ ਸਾਰੇ ਗਾਉਣ ਵਾਲੇ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਤਿਆਰ ਹਾਂ ਤੁਸੀਂ ਜੋ ਮਰਜ਼ੀ ਦੇ ਦਿਓ ਬਣਾ ਰਹੇ ਹੋ ਤੁਸੀਂ ਆਪਾਂ ਸਾਰੇ ਮੀਡੀਆ ਵਾਲੇ ਥੋੜ੍ਹੇ ਥੋੜ੍ਹੇ ਇਕੱਠੇ ਕਰਕੇ ਇੱਕ ਫਿਲਮ ਬਣਾ ਲੈਂਦੇ ਹਾਂ ਕਿਉਂਕਿ ਦੇਖੋ ਮੀਡੀਆ ਵਾਲਿਆਂ ਕੋਲੋਂ ਗਾਉਣੇ ਵਾਲਿਆਂ ਨੇ ਆਉਣਾ ਹੁੰਦਾ ਤੁਸੀਂ ਸ਼ਰਤ ਰੱਖ ਦਿਓ ਸਾਰੇ ਪ੍ਰੈਸ ਰਿਪੋਰਟਰ ਵੀ ਦੇਖੋ ਸ਼ਰਤ ਇੱਕ ਹੈ ਵੀ ਪ੍ਰੈਸ ਵਾਲਿਆਂ ਨੇ ਫਿਲਮ ਬਣਾਉਣੀ ਹੈ ਅਤੇ ਜੇ ਨਹੀਂ ਕਰੋਗੇ ਫਿਰ ਅਸੀਂ ਬਾਈਕਾਟ ਕਰਾਂਗੇ ਆਮ ਰੈਡੀ ਐਨੀ ਟਾਈਮ ਮਾਨ ਸਾਹਿਬ ਇੱਧਰ ਸਿੱਧਾ ਸਟ੍ਰੇਟ ਹਾਂਜੀ ਹਾਂ ਦੂਜਾ ਸਵਾਲ ਹੈ ਤੁਹਾਡਾ
ਕਿਉਂਕਿ ਮੈਨੂੰ ਐਂ ਲੱਗਿਆ ਕਿ ਤੁਸੀਂ ਹੱਥ ਕਦੀ ਕਦੀ ਆਉਂਦੇ ਹੋ ਇਸ ਟਾਈਮ, ਜਿੰਨਾ ਫਾਇਦਾ ਅਸੀਂ ਲੈ ਸਕੀਏ ਲੈ ਲਈਏ। ਤੁਸੀਂ ਬਿਨਾਂ ਕੈਮਰੇ ਤੋਂ ਆ ਜਾ ਕਰੋ, ਬਹੁਤ ਟਾਈਮ ਹੁੰਦਾ ਮੇਰੇ ਕੋਲ, ਉਦਾਂ ਹੀ ਗੱਲਾਂ ਬਾਤਾਂ ਮਾਰਿਆ ਕਰਾਂਗੇ, ਤੁਹਾਨੂੰ ਐਸੀ ਜਗ੍ਹਾ ਐਸੀ ਚਾਹ ਪਿਲਾਉਂਗਾ ਵੀ ਮੈਂ ਤੁਸੀਂ ਯਾਦ ਕਰੋ, ਨੋਟ ਇਨ ਦੈਟ ਵੇ। ਅਸਲ 'ਚ ਕੀ ਹੈ, ਸਾਡੇ ਸਮਾਜ 'ਚ ਨਾ ਗੈਪ ਬਹੁਤ ਹੈ। ਮੰਨ ਲਓ ਆਪਾਂ ਅੱਜ ਇਕੱਠੇ ਹੋਏ ਹਾਂ, ਤੁਸੀਂ ਪ੍ਰੈਸ ਵਾਲੇ ਹੋ, ਮੈਂ ਮਤਲਬ ਇਸ ਖਿੱਤੇ 'ਚ, ਅੱਜ ਆਪਾਂ ਨੇ ਆਪਣਾ ਕੰਮ ਕਰਕੇ ਵਗ ਜਾਣਾ, ਤੁਸੀਂ ਆਪਦੀਆਂ ਖਬਰਾਂ 'ਚ ਮਸਰੂਫ, ਮੈਂ ਆਪਦੇ ਕੰਮ 'ਚ। ਪਰ ਨਿੱਜੀ ਤੌਰ 'ਤੇ ਵੀ ਜਦੋਂ ਤੁਸੀਂ ਜਿੰਨੇ ਦੇਖੋ, ਇਸ ਸਮਾਜ ਨੂੰ ਹਰ ਵਰਗ ਦੀ ਲੋੜ ਹੈ, ਔਰ ਤੁਸੀਂ ਜਿਹੜੇ ਪੱਤਰਕਾਰ ਵਿਭਾਗ ਪੱਤਰਕਾਰ ਹਨ ਉਹ ਬਹੁਤ ਥੋੜ੍ਹੇ ਰਹਿ ਗਏ। ਤੁਸੀਂ ਜਾਗਰੂਕ ਕਰਨ ਵਾਲੇ ਲੋਕ ਹੋ, ਤੁਸੀਂ ਸਿਸਟਮ ਨਾਲ ਅੜਨ ਵਾਲੇ ਲੋਕ ਹੋ, ਜਿੰਨਾ ਸੋਸ਼ਲ ਵਰਕਰ ਅੜਦਾ ਉਹ ਤੋਂ ਵੱਧ ਤੁਹਾਡਾ ਯੋਗਦਾਨ ਹੁੰਦਾ। ਨਿੱਜੀ ਤੌਰ 'ਤੇ ਵੀ ਕੋਈ ਇਸ ਤਰ੍ਹਾਂ ਦੀਆਂ ਮਿਲਣੀਆਂ ਰੱਖਿਆ ਕਰੋ, ਕੋਈ ਜ਼ਰੂਰੀ ਨਹੀਂ ਆਪਾਂ ਨੇ ਟੀ ਆਰ ਪੀ ਲਈ ਇੱਕ ਦੂਜੇ ਨਾਲ ਇੱਦਾਂ ਹੀ ਮਿਲਣਾ। ਤੁਸੀਂ ਜੇ ਮੈਂ ਤਾਂ ਚਾਹੁੰਦਾ ਹੁੰਦਾ, ਮੈਂ ਕਈ ਵਾਰੀ ਇਹਨੂੰ ਕਿਹਾ, ਮੈਂ ਪਿੱਛੇ ਇਹਨੂੰ ਕਿਹਾ ਸੀ, ਮੈਂ ਕਿਹਾ ਜਿੰਨੇ ਤੁਹਾਡੇ ਪ੍ਰੋਫੈਸਰ ਤੇਰੇ ਸਰ ਕਿਤੇ ਬਿਠਾ ਆਪਾਂ ਗੋਸ਼ਟੀ ਕਰੀਏ, ਮੈਂ ਚਾਹੁੰਦਾ ਕਿ ਤੁਹਾਡੇ ਜਿੰਨੇ ਪੜ੍ਹੇ ਲਿਖੇ ਕਿ ਮੈਨੂੰ ਦੱਸਿਆ ਕਰੋ, ਮੈਂ ਤੁਹਾਡੇ ਲਈ, ਅਸੀਂ ਬਹੁਤ ਅੱਛੇ ਮਹਿਮਾਨ ਨਵਾਜ਼ ਹਾਂ, ਤੁਸੀਂ ਆਓ ਕਦੇ ਆਪਾਂ ਵੈਸੇ ਵੀ ਗੱਲਾਂ ਕਰੀਏ ਜਿਹੜੀਆਂ ਆਪਣੇ ਤੋਂ ਬਿਨਾਂ ਵੀ ਹੋਣ, ਸਾਡੇ ਸਮਾਜ ਲਈ ਹੋਣ, ਪੰਜਾਬ ਲਈ ਹੋਣ। ਜ਼ਰੂਰ ਮਾਂ ਸਾਹਿਬ, ਧੰਨਵਾਦ। ਮਾਂ ਸਾਹਿਬ, ਮੇਰਾ ਸਵਾਲ ਨਾ ਥੋੜ੍ਹੀ ਇਸੇ ਗੱਲ ਨੂੰ ਰਿਲੇਟ ਕਰਦਾ ਹੀ ਹੈ। ਇੱਥੇ ਬਹੁਤ ਸਾਰੀ ਯੰਗ ਜਨਰੇਸ਼ਨ ਬੈਠੀ ਹੈ ਨਾ, ਤੁਹਾਡੇ ਖਿਆਲ, ਆਪਾਂ ਨਾ ਬਹੁਤ ਵਾਰ ਸੋਚਦੇ ਹਾਂ ਕਿ ਵਿਚਰਦੇ ਰਹਿੰਦੇ ਹਾਂ ਹਰ ਹਫ਼ਤੇ, ਹੈ ਨਾ, ਆਰਟਿਸਟ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤਾਂ ਸਾਨੂੰ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਐਕਸਪੀਰੀਅੰਸਡ ਲੋਕ, ਜਿਨ੍ਹਾਂ ਨੇ ਸਿਨੇਮਾ ਨੂੰ ਦੇਖਿਆ, ਜਿਨ੍ਹਾਂ ਦੇ ਜ਼ਿੰਦਗੀ ਦੇ ਆਪਦੇ ਤਜ਼ਰਬੇ ਬੜੇ ਅਲੱਗ ਰਹੇ ਹੈ, ਬੜੇ ਚੰਗੇ ਰਹੇ ਹੈ, ਸਾਨੂੰ ਚੰਗਾ ਲੱਗਦਾ ਇਸ ਚੀਜ਼ ਵਾਸਤੇ ਕਿ ਅਸੀਂ ਇੱਦਾਂ ਦੇ ਆਰਟਿਸਟ ਨਾਲ ਬੈਠੀਏ ਦੋ ਘੜੀ, ਉਹਨਾਂ ਨੂੰ ਸੁਣ ਪਾਈਏ, ਉਹਨਾਂ ਨੂੰ ਸਮਝ ਪਾਈਏ। ਕੈਮਰੇ ਕੇ ਤੁਸੀਂ ਜਿਵੇਂ ਕਿਹਾ ਬਹੁਤ ਘੱਟ ਹੁੰਦੇ ਹੋ, ਮੈਂ ਅੱਜ ਦੀ ਜਨਰੇਸ਼ਨ ਤੇ ਪੁਰਾਣੀ ਜਨਰੇਸ਼ਨ ਚ ਨਾ ਤੁਹਾਡੇ ਅਕੋਰਡਿੰਗ ਫਰਕ ਕੀ ਹੈ, ਮੈਂ ਉਹ ਜਾਣਨਾ ਚਾਹੁੰਦਾ। ਮੇ ਬੀ ਸ਼ਾਇਦ ਤੁਹਾਡੀ ਐਡਵਾਈਸ ਕਿੰਨੇ ਲੋਕਾਂ ਦੇ ਕੰਮ ਆ ਸਕੇ, ਕਿੰਨੇ ਲੋਕ ਇਸ ਚੀਜ਼, ਜਿਵੇਂ ਮੈਂ ਕਿਹਾ ਯੰਗ ਜਨਰੇਸ਼ਨ ਬੈਠੀ ਹੋਈ ਹੈ, ਕਿਉਂਕਿ ਤੁਸੀਂ ਥੋੜਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ ਕੈਮਰਾਸ ਤੋਂ, ਹੈ ਨਾ, ਜਾਂ ਤੁਸੀਂ ਨਾ ਹੋ ਕਿ ਤੁਸੀਂ ਮੈਨੂੰ ਬੁਲਾਓ। ਪਤਾ ਕੀ ਹੁੰਦਾ, ਜਦੋਂ ਕੋਈ ਬੰਦਾ ਸਟੂਡੀਓਸ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਨਾ, ਮੈਂ ਸ਼ਲਾਰੂ ਜੀ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ, ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੌਕੀਨ ਨਹੀਂ, ਪਹਿਲਾਂ ਤੋਂ ਨਹੀਂ ਸ਼ੌਕੀਨ ਮੈਂ ਚੰਗੀਆਂ ਗੱਲਾਂ ਵਾਲੇ, ਤਾਂ ਮੈਂ ਤਾਂ ਲੱਭਦਾ ਮੈਨੂੰ ਕੋਈ ਚੰਗੇ ਔਥਰ, ਚੰਗੇ ਕਿਤਾਬਾਂ ਲਿਖਣ ਵਾਲੇ ਨੂੰ। ਮੈਂ ਤਾਂ ਇਹਨਾਂ ਨੂੰ ਕਿਹਾ ਕਿ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ, ਕਿਤਾਬ ਲਿਖਦਾ, ਨਹੀਂ ਛਪਾਉਣ ਦੀ ਸਮਰੱਥਾ ਰੱਖਦਾ, ਤੂੰ ਮੇਰੇ ਕੋਲ ਲੈ ਕੇ ਆ, ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ। ਭਵਿੱਖ ਦੋ ਚੀਜ਼ਾਂ ਦੇ ਖੜਾ, ਤੁਹਾਡਾ ਯਾਦ ਰੱਖਿਓ, ਇੱਕ ਸੋਨੇ 'ਤੇ, ਜੇ ਕਿਸੇ ਕੋਲ ਮੁੰਦੀ ਜਾਂ ਚੈਨੀ ਆਪਦੀ ਸਾਂਭ ਕੇ ਰੱਖੋ, ਇਹ ਭਵਿੱਖ ਹੈ ਤੁਹਾਡਾ, ਇਹ ਕਰੰਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ। ਸੋਨਾ, ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ, ਬੇਬਿਆਂ ਸਾਡੀਆਂ ਸਾਂਭ ਕੇ ਸੰਦੂਕ 'ਚ ਸੋਨਾ ਰੱਖਦੀਆਂ ਸੀ, ਉਹ ਸਾਡੀ ਵਰਥ ਸੀ, ਇਸੇ ਤਰ੍ਹਾਂ ਇੱਕ ਕਿਤਾਬ ਹੈ। ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ। ਅੱਜ ਤੁਸੀਂ, ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ, ਕਿਉਂਕਿ ਲੋਕ ਨਾ ਭੱਜ ਦੌੜ 'ਚ ਕਾਫ਼ੀ ਜ਼ਿਆਦਾ ਨੇ, ਕੁਆਲਿਟੀ ਚੀਜ਼ਾਂ 'ਤੇ ਕਾਫ਼ੀ ਘੱਟ ਫੋਕਸ ਰੱਖਦੇ ਆ? ਸਰ ਤੁਸੀਂ ਸਮਝ ਨਹੀਂ, ਜਿਹੜਾ ਕਾਰਪੋਰੇਟ ਆ ਤੁਹਾਤੋਂ 10 ਸਾਲ ਅੱਗੇ ਸੋਚਦਾ, ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੈਸਟ ਦੇ ਲੋਕ ਆ, ਥੋੜ੍ਹੇ ਜਿਹੇ ਆਲਸੀ ਹੋ ਗਏ, ਉਹ ਫਨ ਲਵਰ ਹੋ ਗਏ, ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੀ ਅਪਾਰਟਮੈਂਟ 'ਚ ਰਹਿਣ ਲੱਗ ਗਏ, ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ, ਫਿਰ ਸਾਡੇ ਲਈ ਵਰਕਰ ਕਿੱਥੋਂ ਰਹਿਣਗੇ? ਫਿਰ ਉਹਨਾਂ ਨੇ ਨਵਾਂ ਥੋਟ ਸੋਚਿਆ, ਦੇ ਸਟਾਰਟਡ ਦਿਸ ਸਮਾਜਿਕ ਮੀਡੀਆ, ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ, ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ, ਪਹਿਲਾਂ ਹੱਥ 'ਚ ਫੋਨ ਫੜਾਓ, ਅਡਿਕਟ ਕਰਤਾ ਨਾ ਕੀਬੋਰਡ ਲਈ, ਬਸ ਇਹ ਫਿਰ ਮਤਲਬ ਉਹ ਆਪਣੀ ਲਹਿਰ ਬਣਾਈ ਰੱਖਦੇ ਹੈ।
ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਗੋ ਕਿਉਂ ਮਿਲਦੇ ਆ? ਕਿਉਂ ਜਿਹੜੇ ਸਾਡੀ ਬੋਡੀ ਦੇ ਚੱਕਰ ਹੈ ਜੋ ਪੁਰਾਤਨ ਸਾਡੀ ਸੱਭਿਅਤਾ ਮੁਤਾਬਕ ਉਹ ਰੈੱਡ ਕਲਰ ਉਹ ਫਾਇਰ ਦਾ ਸਾਈਨ ਹੈ। ਤੁਸੀਂ ਇਹ ਬਹੁਤ ਦੂਰ ਅੰਦੇਸ਼ੀ ਦੀਆਂ ਗੱਲਾਂ, ਇਕੱਲੇ ਆਇਓ ਫਿਰ ਆਪਾਂ ਮਾਰਾਂਗੇ ਗੱਪਾਂ ਬੈਠ ਕੇ। ਦੇਖੋ ਪੂਰੀ ਦੁਨੀਆ ਜਗੜ ਲਈ ਸਿਆਸਤ ਭਰੂ ਹੈ ਹਰ ਚੀਜ਼ ਦੇ, ਕੋਈ ਸ਼ੱਕ ਨਹੀਂ। ਸੁੱਚਾ ਸੂਰਮਾ ਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੂ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ। ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫੀਲ ਹੋਇਆ, ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ ਆ। ਕਈ ਵਾਰੀ ਕਈ ਬੰਦੇ ਪੁੱਛਦੇ, ਦੇਖੋ ਹਰ ਬੰਦਾ ਆਪਣੇ ਤਰੀਕੇ ਨਾਲ ਕੰਮ, ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ। ਤੋ ਜਦੋਂ ਅਸੀਂ ਕੈਰੀਅਰ ਸ਼ੁਰੂ ਸਾਡੇ 'ਚ ਇਸ ਤਰ੍ਹਾਂ ਦਾ, ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ 'ਚੋਂ, ਸਾਡੇ ਬਹੁਤ ਸੱਜਣ ਸੰਘਰਸ਼ੀ ਸੀ, ਪਰ ਉਹਦੇ ਲੜਨਾ ਬਹੁਤ ਔਖਾ ਸੀ। ਅੱਜ ਵੀ ਉਹੀ ਹਾਲ ਹੈ। ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਂਦੇ ਹੋ, ਉਹ ਡੱਕ ਦਿੰਦਾ। ਪਰ ਇਹ ਦੇਖੋ ਇਨਸਾਨੀ ਜ਼ਿੰਦਗੀ ਹੈ, ਇਹਦੇ ਨਾਲ ਤਾਂ ਲੜਨਾ ਤਾਂ ਪੈਂਦੀ ਹੈ। ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ, ਚੱਕਦੇ ਰਹੋ ਕਿੱਥੇ ਤੱਕ ਜਾਂਦੀ ਹੈ। ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ। ਕੋਈ ਗਰੀਲਾ ਯੁੱਧ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦਾ ਸੀ, ਅੱਜ ਵਿਚਾਰ ਦਾ ਯੁੱਗ ਆ ਗਿਆ, ਜਿਹੜਾ ਗੁਰੂ ਸਾਹਿਬ ਨੇ, ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ। ਹੁਣ ਦੇਖੋ ਅੱਗੇ ਅੱਗੇ ਦੁਨੀਆ ਕਿਵੇਂ ਬਦਲਦੀ ਹੈ। ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ, ਮੈਨੂੰ ਪਤਾ ਸੀ ਤਾਂ ਸ਼ਰਾਰਤ ਕਰਨੇ, ਉੱਠ ਕੇ ਆਇਆ ਤੂੰ ਕੁਰਸੀ ਤੋਂ। ਨਹੀਂ ਮੈਨੂੰ ਦੇਖਦਾ ਨਿਗਾਹ ਨਹੀਂ ਘਟੀ ਮੇਰੀ ਸੈੱਟ ਹੈ। ਪ੍ਰੋਬਲਮ ਹੈ ਮੇਰੀਆਂ ਦੋ ਆ, ਮੈਂ ਸਾਰੇ ਅੰਦੋਲਨ 'ਚ ਤੁਸੀਂ ਦੇਖਿਆ ਹੋਣਾ, ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ। ਸਟੇਜ 'ਤੇ ਖੜ ਕੇ ਤੈਸ਼ 'ਚ ਆ ਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਭਰਮਾ ਸਕਦੇ ਹੋ, ਪਰ ਉਹਦੇ ਨਾਲ ਤੁਸੀਂ ਆਪਣਾ ਕਿਰਦਾਰ ਸੁੱਟ ਲੈਂਦੇ ਹੋ। ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨਾ, ਮੈਂ ਤਾਂ ਇਹੀ ਸਿੱਖਿਆ। ਤੁਹਾਡਾ ਵਿਚਾਰ ਹੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੇ ਦੀ ਬੁਰਾਈ ਛੋਟੀ ਹੋ ਜਾਏ ਯਾਰ। ਔਰ ਆਪਾਂ ਕਿਉਂ, ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ, ਆਪਾਂ ਕਿਉਂ ਛੋਟੀ ਛੋਟੀਆਂ ਗੱਲਾਂ 'ਚ ਪਾਇਆ। ਦੇਖੋ ਮੈਨੂੰ ਵਿਚਾਰ, ਮੈਂ ਪੰਜਾਬ ਪੰਜਾਬੀ ਉਹ ਤੈਨੂੰ ਪਿਆਰ ਕਰਦਾ। ਤੁਸੀਂ ਮੈਨੂੰ 100 ਵਾਰੀ ਕਹੋ, 100 ਗਾਲਾਂ ਕੱਢ ਲਓ, ਮੈਨੂੰ ਟਰੋਲ ਵੀ ਕਰੋ, ਕਰਨ ਦੀ ਕੋਸ਼ਿਸ਼ ਵੀ ਕਰੀਆ ਪੇਡਾਂ ਨੇ ਖੱਚਾਂ ਨੇ, ਮੈਨੂੰ ਕੋਈ ਫਰਕ, ਮੈਂ ਪੰਜਾਬੀ ਹਾਂ, ਮੈਂ ਪੰਜਾਬ ਨੂੰ ਪਿਆਰ ਕਰਦਾ। ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜ੍ਹੀ ਹੈ। ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ, ਉੱਥੇ ਹੀ ਟੇਕਿਆ, ਹੋਰ ਕਿਤੇ ਨਹੀਂ ਟੇਕਦੇ। ਤੋ ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਆਪਾਂ ਕਿਸੇ ਦੀ ਗੱਲ ਹੀ ਨਾ ਕਰੋ ਯਾਰ। ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ। ਸਾਡਾ ਵਿਚਾਰ ਹੈ, ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ, ਅਸੀਂ ਆਪਦੇ ਜਿਹੜੇ ਸਾਡੇ ਬਜ਼ੁਰਗ ਹੋਏ ਆ, ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ, ਸਾਡਾ ਇਹ ਮੰਤਵ ਹੈ। ਔਰ ਅਸੀਂ ਆਪਦਾ ਵਿਚਾਰ ਛੱਡਦੇ ਜਾਈ ਜਾਣਾ, ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ। ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਮੁੱਦਾ ਬਣੇ। ਆਪਾਂ, ਮੈਂ ਤਾਂ ਸ਼ੌਕੀਨ ਨਹੀਂ, ਮੈਨੂੰ ਲੱਗਦਾ ਸਾਈਡ 'ਤੇ ਉਹ ਆਪਣਾ ਕੰਮ ਕਰੋ, ਸਾਡਾ ਕੰਮ ਬਹੁਤ ਚੰਗਾ। ਔਰ ਪੰਜਾਬ ਜਾਂ ਪੰਜਾਬੀ ਆ, ਐਡਾ ਛੋਟਾ ਵਿਚਾਰ ਥੋੜ੍ਹੀ ਆਪਣਾ ਵੀ ਕਿਸੇ ਦੇ ਅੱਖੀਂ ਛੋਟਾ ਹੋ ਜੂ। ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ 'ਚ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਭਖਦਾ ਚੀਕਾਂ ਮਾਰਦੇ ਹੈ, ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ ਫਿਰ ਰਾਟ ਪੈਂਦਾ, ਫਿਰ ਭੱਜਦੇ ਹੈ, ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ ਫਿਰ ਉੱਧਰ ਨੂੰ ਡੋਂਟ ਡੂ ਦੈਟ। ਆਪਾਂ ਆਪਣਾ ਕੰਮ ਕਰਨਾ, ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਯਾਰ। ਸਾਡਾ ਪੰਜਾਬ, ਸਾਡੀ ਪੰਜਾਬੀ ਬਹੁਤ ਵੱਡੀ ਹੈ, ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ।
ਬਸ ਠੀਕ ਹੈ, ਅਸੀਂ ਆਪਣਾ ਕੰਮ ਕਰਦੇ ਜਾਈ ਜਾਣਾ। ਸੁਮਿਤ ਭਾਅ ਜੀ, ਸੁਮਿਤ ਭਾਅ ਜੀ, ਭਾਅ ਜੀ ਇੱਥੇ ਜੀ, ਸਾਹਮਣੇ ਜੀ, ਸਾਹਮਣੇ ਜੀ। ਭਾਅ ਜੀ, ਅਸੀਂ ਤੁਹਾਡੀਆਂ ਪਹਿਲਾਂ ਜਿਹੜੀਆਂ ਫਿਲਮਾਂ ਵੇਖੀਆਂ ਨੇ ਉਹ ਤੋਂ ਇਹ ਸਮਝਿਆ ਕਿ ਤੁਸੀਂ ਫਿਲਮੀ ਲਵਰ ਹੋ ਨਾ, ਸਿਨੇਮੇ ਲਈ ਇੰਨਾ ਕੁਛ ਤੁਸੀਂ ਆਪਣਾ ਯੋਗਦਾਨ ਦਿੱਤਾ ਆ। ਸੋ ਸੁੱਚਾ ਸੁਰਮਾ, ਉਹ ਫਿਲਮਾਂ ਜੋ ਬਹੁਤ ਟਾਈਮ ਤੱਕ ਯਾਦ ਰੱਖੀ ਜਾਣ ਵਾਲੀ ਫਿਲਮ ਹੋਊਗੀ, ਹੈ ਨਾ, ਤਾਂ ਮੈਂ ਜਾਣਨਾ ਚਾਹੁੰਦਾ ਕਿ ਇਹਦੇ ਲਈ ਤੁਹਾਡੀ ਕਿੰਨੀ ਸ਼ਿੱਦਤ ਮੁਹੱਬਤ ਸੀਗੀ ਔਰ ਕੀ ਕੀ ਤਿਆਰੀ ਕੀਤੀ ਤੁਸੀਂ ਜਦੋਂ ਫਿਲਮ ਸੈੱਟ ਤੋਂ ਬਣਨ ਤੋਂ ਪਹਿਲਾਂ ਕੀ ਕੀ ਤਿਆਰੀਆਂ ਕੀਤੀਆਂ, ਮੈਂ ਜਾਣਨਾ ਚਾਹੁੰਦਾ ਕਿ ਤੁਸੀਂ ਦੱਸੋ। ਪਹਿਲ ਤਾਂ ਜੀ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਆਏ। ਫਿਲਮ ਤੁਸੀਂ ਦੇਖ ਹੀ ਰਹੇ ਹੋ, ਇਹ ਪੀਰੀਅਡ ਫਿਲਮ ਹੈ ਅਤੇ ਪੀਰੀਅਡ ਫਿਲਮ ਜਨਰਲੀ ਸੌਖੀ ਨਹੀਂ ਹੁੰਦੀ ਕਰਨੀ, ਅਤੇ ਜਦੋਂ ਅਸੀਂ ਸ਼ੂਟ ਕੀਤੀ ਸੀ ਉਦੋਂ ਕਾਫੀ ਗਰਮੀ ਵੀ ਬਹੁਤ ਸੀ, ਸੋ ਕਾਫੀ ਸਾਨੂੰ ਮਾਈਨਰ ਅਰਾਊਂਡ 50 ਡਿਗਰੀ ਟੈਂਪਰੇਚਰ ਪਹੁੰਚ ਗਿਆ ਸੀ ਜਦੋਂ ਅਸੀਂ ਸ਼ੂਟ ਕਰ ਰਹੇ ਸੀ। ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਨਰਲੀ ਅਸੀਂ ਗੱਲ ਕਰਦੇ ਹਾਂ ਨਾ ਬਈ, ਇੱਕ ਫਿਲਮ ਦੇ ਅੱਗੇ ਲੋਕ ਹੁੰਦੇ ਨੇ ਕੈਮਰੇ ਦੇ ਅੱਗੇ ਅਤੇ ਇੱਕ ਕੈਮਰੇ ਦੇ ਪਿੱਛੇ, ਇਹਦੇ 'ਚ ਹੋਰ ਵੀ ਲੋਕ ਇਨਵੋਲਵ ਨੇ। ਸੋ ਬੜੇ ਸਾਰੇ ਦੋਸਤਾਂ ਦਾ, ਬੜੇ ਸਾਰੇ ਸ਼ੁਭ ਚਿੰਤਕਾਂ ਦਾ ਹੱਥ ਹੈ ਇਸ ਫਿਲਮ ਨੂੰ ਪੂਰਾ ਕਰਾਉਣ 'ਚ, ਜਿਵੇਂ ਮਨੀਸ਼ ਜੀ ਇੱਥੇ ਬੈਠੇ ਨੇ ਜਿਹੜੇ ਨਾ ਤਾਂ ਕੈਮਰੇ ਦੇ ਅੱਗੇ ਨੇ ਨਾ ਕੈਮਰੇ ਦੇ ਪਿੱਛੇ ਨੇ, ਪਰ ਉਹਨਾਂ ਨੇ ਬੜਾ ਇਸ ਨੂੰ ਸਪੋਰਟ ਕੀਤਾ ਫਿਲਮ ਨੂੰ ਅੱਗੇ ਲੈ ਕੇ ਆਉਣ ਵਾਸਤੇ। ਸੋ ਸਾਡੇ ਕੋਮਨ ਮਿੱਤਰ ਵੀ ਨੇ, ਏ ਪੀ ਐਸ ਮਾਨ, ਜੈਦੇਵ ਜੀ, ਬੜੀ ਸਾਰਿਆਂ ਦਾ ਬੜਾ ਇਹਦੇ 'ਚ ਸਾਨੂੰ ਸਪੋਰਟ ਮਿਲਿਆ ਇਹਨੂੰ ਪੂਰਾ ਕਰੀਏ। ਸੋ ਤੁਸੀਂ ਹੁਣ ਸਾਰੇ ਜਣੇ ਇਹਨੂੰ ਪਹੁੰਚਾਓ ਲੋਕਾਂ ਤੱਕ ਜੀ। ਸੁਮਿਤ ਭਾਅ ਜੀ, ਮਾਨ ਸਾਹਿਬ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਫਿਲਮਾਂ ਹੋਰ ਕਰੋਗੇ ਜੀ? ਕਿਉਂ ਨਹੀਂ ਕਰਾਂਗੇ ਜੀ, ਪੱਕਾ ਕਰ ਰਿਹਾ ਹੈ ਕਹਿੰਦਾ। ਦੇਖੋ ਇਹਨਾਂ ਦੀ ਫਿਲਮ ਮਤਲਬ ਜਨਰਲੀ ਬਹੁਤ, ਇਹਨਾਂ ਦੀ ਇੱਕ ਖਾਸੀਅਤ ਹੈ ਇਹ ਸਮਰਪਿਤ ਹੈ ਪੰਜਾਬੀ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਐਫਰਟ ਵੀ ਬਹੁਤ ਕਰਦੇ ਹਾਂ, ਪਹਿਲਾਂ ਵੀ ਬਣਾਉਂਦੇ ਹਾਂ ਫਿਲਮਾਂ, ਪਰ ਜਿੱਦਾਂ ਦਾ ਇਹਨਾਂ ਦਾ ਰੁਝਾਨ ਹੈ ਉਹ ਸ਼ਾਇਦ ਉਸ ਹਿਸਾਬ ਨਾਲ ਇਹਨਾਂ ਦੀ ਪਹਿਲੀ ਫਿਲਮ ਹੈ ਜਿੱਦਾਂ ਦੀ ਇਹ ਚਾਹੁੰਦੇ ਹੈ। ਉਹ ਸਿੱਖੀ ਨੂੰ ਪਿਆਰ ਕਰਨ ਵਾਲੇ ਹੈ, ਪੱਗ ਦਾ ਸਤਿਕਾਰ ਕਰਨ ਵਾਲੇ ਹੈ, ਤਾਂ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਅੱਛੀ ਟੀਮ ਮਿਲੀ ਹੈ ਅਤੇ ਪਰਮਾਤਮਾ ਕਰੇ ਸਫਲ ਹੋਵੇ। ਵੈਸੇ ਜੇ ਫਿਲਮ ਵੱਡਾ ਬਿਜ਼ਨਸ ਕਰ ਗਈ ਫਿਰ ਇਹਨਾਂ ਨੂੰ ਸਾਡੀ ਕੀ ਲੋੜ ਹੈ, ਫਿਰ ਇਹਨਾਂ ਨੂੰ ਹੋਰ ਬੰਬੇ ਜਾਣਗੇ, ਹਾਲੀਵੁੱਡ ਜਾਣਗੇ, ਇਹ ਅਲ ਪਚੀਨੋ ਸਾਈਨ ਕਰਨਗੇ, ਵਾਹ ਬਾਬੂ ਕਿਉਂ ਸੀ। ਸਾਡਾ ਤਾਂ ਅਸੀਂ ਤਾਂ ਅਸੀਂ ਪਿੱਛੇ ਹੁਣ ਇੱਕ ਪਾਰਟਨਰਸ਼ਿਪ ਵੀ ਕੀਤੀ ਇੱਕ ਓ ਟੀ ਟੀ ਪਲੈਟਫਾਰਮ ਦੇ ਨਾਲ, ਉਹ ਮਿਲ ਕੇ ਅਸੀਂ ਖੋਲਿਆ ਅਤੇ ਉਹਦੇ 'ਚ ਵੀ ਅਸੀਂ ਇਹੀ ਚੀਜ਼ ਰੱਖੀ ਹੈ ਕਿ ਸਟੋਰੀਜ਼ ਫਰੋਮ ਪੰਜਾਬ, ਅਤੇ ਸਾਡਾ ਫੋਕਸ ਤਾਂ ਬੜਾ ਕਲੀਅਰ ਹੈ, ਅਸੀਂ ਪੰਜਾਬੀ ਫਿਲਮਾਂ ਕਰਨੀਆਂ ਨੇ ਅਤੇ ਉਹ ਫਿਲਮਾਂ ਵੀ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ ਹਿੰਦੀ 'ਚ ਬਣਦੀਆਂ ਨੇ ਪਰ ਅਸੀਂ ਉਹਨੂੰ ਪੰਜਾਬੀ 'ਚ ਡੱਬ ਕਰਨਾ। ਸੋ ਸਾਡਾ ਤਾਂ ਪਿਆਰ ਜਿਹੜਾ ਸਾਡੀ ਆਪਣੀ ਮਾਤਰ ਭਾਸ਼ਾ, ਸਾਡੀ ਆਪਣੀ ਮਾਂ ਬੋਲੀ ਨੂੰ ਹੈਗਾ ਅਤੇ ਸਾਡਾ ਫੋਕਸ ਪੂਰਾ ਪੂਰਾ ਪੰਜਾਬੀ ਫਿਲਮਾਂ 'ਤੇ, ਅਤੇ ਜ਼ਰੂਰ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ ਮਾਨ ਸਾਹਿਬ ਨਾਲ ਕਰ। ਸਰ ਸੁਮਿਤ ਸਰ, ਮੇਰੀ ਕੁਸ਼ਚਨ ਤੁਹਾਨੂੰ ਇੱਕ ਵਾਰ, ਮੈਂ ਮਾਈਸਲ ਹਵੀਜੋਤ ਸਿੰਘ ਫਰੋਮ ਛੋਟਾ ਪੈਕਟ ਵੱਡਾ ਧਮਾਕਾ ਚੈਨਲ ਸਰ ਦਿਸ ਸਰ, ਮੈਂ ਆਹ ਪੁੱਛਣਾ ਸੀ ਜਿਹੋ ਜਿਹੀਆਂ ਫਿਲਮਾਂ ਤੁਸੀਂ ਡਾਇਰੈਕਟ ਕੀਤੀ ਇਸ ਵਾਲੀ ਫਿਲਮ ਸੁੱਚਾ ਸੁਰਮਾ, ਜਿਵੇਂ ਕਿ ਆਪਾਂ ਇਤਿਹਾਸਿਕ ਫਿਲਮਾਂ ਡਾਇਰੈਕਟ ਕਰਨ 'ਚ ਬਹੁਤ ਟਾਈਮ ਲੱਗਦਾ ਅਤੇ ਬਹੁਤ ਔਖੀ ਹੁੰਦੀ ਡਾਇਰੈਕਟ ਕਰਨਾ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਇਸ ਫਿਲਮ ਨੂੰ ਡਾਇਰੈਕਟ ਕਰਨ 'ਤੇ? ਮੈਂ ਡਾਇਰੈਕਟ ਨਹੀਂ ਕੀਤੀ ਜੀ, ਡਾਇਰੈਕਟ ਅਮਿਤ ਔਜਮਾਨ ਨੇ ਕੀਤੀ ਹੈ। ਸੋਰੀ, ਅਮਿਤ ਔਜਮਾਨ, ਹਾਂਜੀ। ਮੇਰਾ ਮਾਨ ਸਾਹਿਬ ਤੁਹਾਨੂੰ ਵੀ ਕੁਸ਼ਚਨ ਹੈ, ਸੋਰੀ ਇੱਕ ਤਾਂ ਪਹਿਲੇ ਮੇਰੀ ਗਲਤੀ ਹੋ ਗਈ, ਤੇ ਮਾਨ ਸਾਹਿਬ ਮੇਰਾ ਹੀ ਕੁਸ਼ਚਨ, ਜਿਵੇਂ ਕਿ ਤੁਸੀਂ ਦੇਖੀਏ ਤੁਹਾਡੀ ਫੈਨ ਫੋਲੋਇੰਗ ਬਹੁਤ ਵੱਡੀ ਹੈ, ਪਰ ਇੱਕ ਚੀਜ਼, ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਕੁ ਐਕਟਿਵ ਰਹਿੰਦੇ ਹੋ? ਕਿਉਂਕਿ ਅੱਜ ਕੱਲ ਜੇ ਫੈਨ ਫੋਲੋਇੰਗ ਬਣਦੀ ਤੇ ਸੋਸ਼ਲ ਮੀਡੀਆ ਤੇ ਆਣਾ ਪੈਂਦਾ, ਪਰ ਆਖਿਰਕਾਰ ਤੁਹਾਨੂੰ ਦੇਖਿਆ ਤੁਸੀਂ ਬਹੁਤ ਘੱਟ ਹੁੰਦੇ ਹੋ ਅੱਜ ਕੱਲ ਸੋਸ਼ਲ ਮੀਡੀਆ ਤੇ।
ਜੇ ਦੇਖਿਆ ਤੁਸੀਂ ਬਹੁਤ ਘੱਟ ਹੋ। ਆਪਾਂ ਇਕੱਠੇ ਪੌਪਕੋਰਨ ਖਾਵਾਂਗੇ। ਦੇਖੋ ਪੁੱਤਰ ਪਤਾ ਕੀ ਹੁੰਦਾ, ਜੇ ਜੇ ਜਦੋਂ ਅਸੀਂ ਤੁਹਾਡੀ ਏਜ ਸੀ ਉਹ ਮੈਨੂਅਲ ਯੁੱਗ ਸੀ, ਡਿਜੀਟਲ ਯੁੱਗ ਬਾਅਦ ਸ਼ੁਰੂ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਇਹ ਚੈਨਲ ਵਾਲਾ ਸਿਸਟਮ ਬਣਾਇਆ। ਚਲੋ ਖੈਰ ਇਹ ਤਾਂ ਕਾਰਪੋਰੇਟ ਆ ਸਾਡਾ ਦੋਸਤ, ਪਰ ਮੇਰੀ ਖੜਕ ਜਾਂਦੀ ਸੀ ਵਿਚਾਰਾਂ ਦੇ ਆਧਾਰ 'ਤੇ, ਮੇਰੀ ਹਰ ਬੰਦੇ ਨੇ ਇਸ ਕਰਕੇ ਖੜਕਦੀ ਕਿ ਮੈਂ ਨਿਭ ਕੇ ਕੰਮ ਨਹੀਂ ਕਦੇ ਕਰਿਆ। ਇਸੇ ਜ਼ਿੱਦ 'ਚ ਫਿਰ ਮੈਂ ਸਮਾਜਿਕ ਮੀਡੀਆ ਸ਼ੁਰੂ ਕਰਿਆ ਸੀ, ਤੋ ਇਸੇ ਜ਼ਿੱਦ 'ਚ ਕੰਪਨੀ ਸ਼ੁਰੂ ਕਰੀ ਸੀ ਕਿ ਨਹੀਂ ਇੱਦਾਂ ਵਿਤ ਕਰਾਇਆ ਧੱਕੇ ਨਾਲ। ਸੋ ਉਹ ਕੰਮ ਜ਼ਰੂਰ ਸ਼ੁਰੂ ਉਹਦੇ 'ਤੇ ਕਰਿਆ, ਪਰ ਇਹ ਕਲਾ ਦੇਖੋ ਕੀ ਹੁੰਦਾ, ਸਮਾਜਿਕ ਮੀਡੀਆ ਦੀ ਦੁਰਵਰਤੋਂ ਹੁੰਦੀ ਹੈ। ਉਹ ਕਿਉਂ ਹੁੰਦੀ ਹੈ ਕਿ ਮੈਂ ਅੱਜ ਆਪਾਂ ਕਿਸੇ ਕੰਮ ਲਈ ਇਕੱਠੇ ਹੋਇਆ ਕਿ ਇੱਕ ਫਿਲਮ ਬਣੀ ਹੈ, ਪ੍ਰੋਡਿਊਸਰ ਨੇ ਬਹੁਤ ਮਨੀ ਉਹਦੇ 'ਤੇ ਲਾਈ ਹੈ ਔਰ ਬੜੀ ਜਜ਼ਬਾਤੀ ਫਿਲਮ ਬਣਾਈ ਹੈ, ਇਹ ਤੁਹਾਡੇ ਤੱਕ ਆਉਣਾ ਜ਼ਰੂਰੀ ਹੈ। ਪਰ ਸਵਖਤੇ ਉੱਠ ਕੇ ਮਤਲਬ ਅੱਖਾਂ ਬਿਨਾਂ ਧੋਤੇ ਲਾਈਵ ਲਾ ਕੇ, ਅੱਛਾ ਫਿਰ ਜਦ ਤੱਕ ਥੱਲੇ ਕੋਈ ਕਮੈਂਟ ਨਹੀਂ ਆਉਂਦਾ, ਫਿਰ ਉਹਨਾਂ ਦੇ ਕਲਾਕਾਰਾਂ ਦੇ ਜਾਂ ਐਕਟਰਾਂ ਦੇ ਚਿਹਰੇ ਦੀ ਘਬਰਾਹਟ ਦੇਖਿਓ ਵੀ ਕੋਈ ਆਇਆ ਹੈ ਨਹੀਂ ਯਾਰ, ਇਹ ਵੀ ਵੇਚਦੀ ਹੈ, ਆ ਜਾਓ ਛੇਤੀ, ਤਾੜੀਆਂ ਮਾਰਦੇ ਹਾਂ, ਪਤਾ ਨਹੀਂ ਕੀ ਕਰਦੇ ਹਾਂ। ਇਹ ਬੰਦੇ ਵਾਲਾ ਕੰਮ ਥੋੜ੍ਹੀ ਹੈ ਯਾਰ, ਇਹ ਬੰਦਾ ਕੰਮ ਕਰਦਾ ਸੋਹਣਾ ਲੱਗਦਾ, ਔਰ ਚੋਚਲੇ ਕਰਦੀ ਔਰਤ ਸੋਹਣੀ ਲੱਗਦੀ ਹੈ, ਕੁੜੀਆਂ ਜੱਚਦੀਆਂ ਗਹਿਣੇ ਪਾਏ, ਬੰਦਾ ਥੋੜ੍ਹੀ ਇੰਨਾ ਕੁਛ ਪਾ ਸਕਦਾ। ਸੋ ਇਸ ਕਰਕੇ ਸਮਾਜਿਕ ਮੀਡੀਆ ਕੰਮ ਲਈ ਵਰਤੀਏ, ਉਹ ਇੱਕ ਘੜਾ ਮਚੌਧਰੀ ਆ ਕੇ ਮਤਲਬ ਅਜੀਬ ਅਜੀਬ ਕਿਰਦਾਰ ਪੇਸ਼ ਹੋ ਜਾਂਦੇ, ਚੰਗਾ ਨਹੀਂ ਲੱਗਦਾ। ਕਿਸੇ ਦੁਨੀਆਂ ਦੇ ਹਿੱਸੇ 'ਚ ਇਸ ਤਰ੍ਹਾਂ ਦੀ ਦੁਰਵਰਤੋਂ ਤੁਸੀਂ ਹੁੰਦੀ ਦੇਖੀ ਹੈ? ਪੜ੍ਹੇ ਲਿਖੇ ਹੋ ਸਾਰੇ, ਨਹੀਂ ਕੀ ਸਾਰੀ ਜ਼ਰੂਰਤ ਫੇਸਬੁੱਕ 'ਤੇ ਦਿਖਾਈ ਜਾਣੀ ਹੈ, ਜਦੋਂ ਲੋੜ ਪੈਂਦੀ ਹੈ ਫਿਰ ਕੋਈ ਆਉਂਦਾ ਨਹੀਂ, ਹੈ ਨਾ? ਸੋ ਨਹੀਂ, ਇਹ ਚੰਗਾ ਨਹੀਂ ਲੱਗਦਾ। ਜਿਹੜੇ ਸੀਨੀਅਰ ਜਿੱਦਾਂ ਤੁਸੀਂ, ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਹੈ, ਸਾਡਾ ਇਹ ਫਰਜ਼ ਬਣਦਾ, ਇਹ ਸਬਕ ਬਣਦਾ। ਔਰ ਵੈਸੇ ਵੀ ਦਿਮਾਗ 'ਚ ਰੱਖੋ, ਲੋੜ ਤੋਂ ਜ਼ਿਆਦਾ ਤੁਸੀਂ ਦੇਖੋਗੇ ਤਾਂ ਦੁਨੀਆ ਤੁਹਾਨੂੰ ਪ੍ਰਵਾਹ ਨਹੀਂ ਕਰਦੀ, ਚੰਗਾ ਨਹੀਂ ਸਮਝਦੀ, ਫਿਰ ਗਾਲ ਹੀ ਕੱਢਦੇ। ਸੋ ਇਹ ਕੰਮ ਲਈ ਵਰਤੀ ਆਪਾਂ। ਔਰ ਵੈਸੇ ਵੀ ਮੈਂ ਬੇਨਤੀ ਕਰਦਾ ਸਿਸਟਮ ਨੂੰ ਜਾਂ ਸਰਕਾਰ ਨੂੰ, ਜੇ ਤੁਹਾਡੀ ਅਪਰੋਚ ਹੈ ਸਰਕਾਰ 'ਚ, ਤਾਂ ਜਿੰਨੇ ਜਿਹੜੇ ਸਮਾਜਿਕ ਮੀਡੀਆ ਇਹਦੇ 'ਤੇ ਜਿਹੜੇ ਲਾਈਵ ਹੁੰਦੇ ਆ ਉਹਦੇ ਪ੍ਰੋਪਰ ਪੈਸੇ ਰੱਖੇ ਜਾਣ, 10,000 ਰੁਪਈਆ ਲੱਗੇ ਜਿਹਨੇ ਲਾਈਵ ਹੋਣਾ, ਬਟਨ ਦੱਬਣ ਲੱਗੇ ਦੁੱਖ ਤਾਂ ਲੱਗੇ, 250 ਰੁਪਏ ਚੀਕਾਂ ਮਾਰੀ ਜਾਂਦੇ ਸਾਰਾ ਦਿਨ, ਸੱਚ ਨੂੰ ਝੂਠ, ਝੂਠ ਨੂੰ ਸੱਚ, ਰਾਤ ਨੂੰ ਗਲਤ ਕੰਮ ਕਰਨ, ਸਵੇਰੇ ਚਿੱਟੇ ਕੱਪੜੇ ਪਾ ਕੇ ਸਵੇਰੇ ਤੜਕੇ ਫਿਰ ਮਤਲਬ ਸਿੰਪਤੀ ਇਕੱਠੀ ਕਰ ਦੇਣੀ, ਰੌਲਾ ਪਾਉਣਾ, ਝੂਠਾ ਸੱਚਾ ਹੋ ਜਾਂਦਾ, ਸੱਚਾ ਝੂਠਾ ਹੋ ਜਾਂਦਾ। ਆਪਾਂ ਚੰਗੇ ਕੰਮ ਕਰੀਏ, ਜੋੜੀਏ ਸਿਰਾਂ ਨਾਲ ਸਿਰ, ਬਹੁਤ ਚੀਜ਼ਾਂ ਇਨਵਾਇਰਮੈਂਟ 'ਤੇ ਕੰਮ ਕਰਨਾ, ਪਾਣੀ ਜਾ ਰਿਹਾ, ਸੋਚੋ ਤੁਸੀਂ ਜੇ ਪਾਣੀ ਨਾ ਰਿਹਾ, ਸਾਰਾ ਦਿਨ ਸਿੱਖਿਆਵਾਂ ਦੀਆਂ ਗੱਲਾਂ ਕਰਦੇ ਹਾਂ ਆਪਾਂ, ਗੁਰੂ ਸਾਹਿਬ ਦਾ ਤਾਂ ਇੱਕੋ ਮੈਸੇਜ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ, ਇਹ ਤਿੰਨੇ ਚੀਜ਼ਾਂ ਤਾਂ ਬਚਾਉਣੀਆਂ, ਇਹਦੇ ਲਈ ਤਾਂ ਲੁਕਾਈ ਚੱਲ ਰਹੀ ਹੈ, ਉਹ ਅਸੀਂ ਬਚਾ ਨਹੀਂ ਰਹੇ। ਤਾਂ ਕੋਸ਼ਿਸ਼ ਕਰੀਏ ਵਕਤ ਤੋਂ ਨਾ ਬਰਬਾਦ ਕਰੀਏ ਸਮਾਜਿਕ ਮੀਡੀਆ 'ਤੇ, ਜਿੰਨੀ ਝੱਗ ਉੱਥੇ ਛੱਡਦੇ ਉਹਦੇ ਨਾਲ ਚੰਗਾ 10 ਦਰਖਤ ਲਾ ਦਈਏ ਜਾ ਕੇ, ਕੋਈ ਛਾਵੇਂ ਬੈਠ ਕੇ ਕੋਈ ਤੁਹਾਡੇ ਲਈ ਦੁਆ ਕਰੂਗਾ ਨਾ। ਨਹੀਂ ਨਹੀਂ ਨਹੀਂ, ਮੈਂ ਇੱਦਾਂ ਦੇ ਨਾ ਨਾ ਭੈਣੇ ਨਾ ਨਾ ਨਾ, ਮੈਂ ਤਾਂ ਸਟੇਜ 'ਤੇ ਲਾ ਤਾ ਸੀ ਅਮੈਰੀਕਾ, 2-3-4 ਸਾਲ ਦੀ ਗੱਲ, ਮੈਂ ਲਵਾ ਤਾ ਸੀ। ਮੈਂ ਦੋ ਤਰ੍ਹਾਂ ਦੇ ਆਰਟਿਸਟ ਹੁੰਦੇ ਆ, ਇਹ ਲਿਖ ਦਿੰਦਾ ਭੈਣੇ, ਮੈਂ ਸੱਚੀ ਨਹੀਂ, ਮੈਂ ਇੱਕ ਆਮ ਬੰਦਾ ਔਰ ਮੈਂ ਸਧਾਰਨ ਬੰਦਾ। ਤੁਹਾਡੀ ਅੱਖ ਸੋਹਣੀ ਹੈ, ਮੈਂ ਨਹੀਂ ਸੋਹਣਾ, ਮਾਂ ਵੀ ਮੇਰੀ ਕਹਿੰਦੀ ਸੀ ਚੰਦ ਵਰਗਾ, ਗੁਆਂਢੀ ਨਹੀਂ ਸੀ ਮੰਨਦੇ ਜੀ ਜੀ ਮੇਰੀ ਭੈਣ। ਨਹੀਂ ਦੇਖੋ, ਜਿਹੜਾ ਲੇਖਕ ਹੈ ਜਾਂ ਕ੍ਰੀਏਟਿਵ ਹੈ ਨਾ, ਉਹ ਦੇਖੋ ਸਾਡੇ ਦੋ ਤਰ੍ਹਾਂ ਦੀ ਦੁਨੀਆ, ਜਿਹੜਾ ਬੈਸਟ ਦਾ ਕਲਚਰ ਹੈ ਨਾ
ਉੱਥੇ ਸੈਲਫ ਪ੍ਰੇਜ਼ ਦੇ ਗਾਣੇ ਬਹੁਤੇ ਹੁੰਦੇ ਆ, ਜਦੋਂ ਤੁਸੀਂ ਰੈਪ ਸੁਣਦੇ ਆ ਬ੍ਰਿਟਿਸ਼ਰ ਜਿਹੜੇ ਆ ਜਾਂ ਤੁਹਾਡੇ ਜਮਾਈਕਨ ਨਾ ਮੈਂ, ਪਰ ਸਾਡੇ ਤੂੰ ਹੀ ਤੂੰ ਆ। ਸੋ ਮੇਰੀ ਬਹੁਤ ਗਾਣਿਆਂ 'ਚ ਕੋਸ਼ਿਸ਼ ਹੁੰਦੀ ਜਿੱਥੇ ਤੂੰ ਪ੍ਰਧਾਨ ਹੋ, ਮੈਂ ਨਹੀਂ, ਆਮ ਨਥਿੰਗ। ਤੋ ਮੈਂ ਪਹਿਲਾਂ ਵੀ ਕਿਸਾਨ ਸੀ ਅਤੇ ਅੱਜ ਵੀ ਕਿਸਾਨ ਹਾਂ, ਔਰ ਮੈਂ ਬੜਾ ਪ੍ਰਾਊਡ ਫੀਲ ਕਰਦਾ ਮੈਂ ਪੇਂਡੂ ਹਾਂ। ਦੇਖੋ ਜਿਹੜੀਆਂ ਦਾਸਤਾਨਾਂ ਕਿਤਾਬੀ ਰੂਪ 'ਚ ਨਹੀਂ ਮਿਲੀਆਂ ਔਰ ਸਿਲੇਬਸਾਂ 'ਚ ਨਹੀਂ ਲਾਈਆਂ, ਦੇਖੋ ਸਾਨੂੰ ਜੌਨ ਕੀਟਸ ਤਾਂ ਪੜ੍ਹਾ ਦਿੰਦੇ ਹਾਂ ਤੀਜੀ ਚੌਥੀ 'ਚ, ਅਤੇ ਸਾਡੇ ਵਾਲਾ ਬਾਬਾ ਬਲਵੰਤ ਸਾਹਿਬ ਕਿਉਂ ਨਹੀਂ ਪੜ੍ਹਾਇਆ ਕਦੇ, ਕਦੇ ਕਿਸੇ ਨੇ ਕਿਉਂ ਨਹੀਂ ਦੱਸਿਆ, ਹੈ ਨਾ। ਸਾਡੇ ਤਾਂ ਲਿਟਰੇਚਰ 'ਚ ਉਹ ਲੋਕ ਰਹਿ ਗਏ ਜਿਹੜੇ ਸਰਕਾਰੀ ਤੌਰ 'ਤੇ ਸਟਰੋਂਗ ਸੀ, ਉਹਨਾਂ ਦੀਆਂ ਲਿਖਤਾਂ ਰਹਿ ਗਈਆਂ, ਆਮ ਜਿਹੜੇ ਅੱਛੇ ਆ ਲਾਲ ਸਿੰਘ ਕਰਕੇ ਤਾਂ ਲੱਭਦੇ ਨਹੀਂ ਕਿਤੇ ਤੁਹਾਨੂੰ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਸਿਨੇਮਾ ਬਹੁਤ ਵੱਡੀ ਇੱਕ ਪੜ੍ਹਾਈ ਹੈ, ਜਿਹੜੀ ਜਨਰੇਸ਼ਨ ਕਿਤਾਬਾਂ ਤੋਂ ਮੁਕਤ ਹੋ ਕੇ ਫੇਸਬੁੱਕ 'ਤੇ ਆ ਗਈ। ਦੇਖੋ ਅਜੇ ਤਾਂ ਆਪਾਂ ਤੁਸੀਂ ਆ ਫੇਸਬੁੱਕ ਦੇ ਜਿਹੜਾ ਫਿਊਚਰ ਮੈਟਾਵਰਸ ਹੈ, ਇਹ ਤਾਂ ਸਿਟੀਜ਼ ਬਣਨ ਲੱਗ ਗਏ। ਤੁਸੀਂ 100-150 ਰੁਪਏ ਦੀ ਟਿਕਟ ਕਟਾ ਕੇ ਸਵੇਰੇ ਵੜ ਜਾ ਕਰਨਾ, ਤੁਹਾਨੂੰ ਲੱਗਿਆ ਕਰਨਾ ਮੈਂ ਬੁਲਾਡ 'ਚ ਘੁੰਮ ਰਿਹਾ, ਉਦੋਂ ਤਾਂ ਇਹ ਚੀਜ਼ਾਂ ਜਮ੍ਹਾਂ ਮੁੱਕ ਜਾਣੀਆਂ। ਸੋ ਫਿਰ ਕੀ ਰਹਿ ਗਿਆ, ਇਹ ਇੱਕ ਚੀਜ਼ ਜ਼ਰੀਆ ਰਹਿ ਗਿਆ ਕਿ ਅਸੀਂ ਇਹਦੇ ਜ਼ਰੀਏ ਆਪਦਾ ਯਾਦ ਕਰਾਈਏ। ਸਾਡਾ ਕੰਮ ਹੈ ਸਬਕ ਦੇਣਾ, ਅੱਗੇ ਬੱਚਿਆਂ ਨੇ ਅੱਗੇ ਦੇਣਾ ਜਾਂ ਨਹੀਂ ਉਹਨਾਂ ਦੀ।